ਮੈਰਿਡ ਲੇਡੀ ਆ ਉਹ ਨੌਜਵਾਨ 21-22 ਸਾਲ ਦੇ ਬੰਦੇ ਨਾਲ ਗ੍ਰਸਤ ਕਰ ਰਹੀ ਆ। 35 ਸਾਲ ਦੀ ਲੇਡੀ ਆ, 22 ਸਾਲ ਦਾ ਮੁੰਡਾ ਵਾ, ਦੋਨੇ ਗ੍ਰਸਤ ਕਰ ਰਹੇ ਨੇ। ਲੇਡੀ ਜਵਾਨ ਹੋਈ ਚੱਲੂਗੀ, ਮੁੰਡਾ ਕਮਜ਼ੋਰ ਹੋਈ ਚੱਲੂਗਾ। ਵਜ੍ਹਾ ਜਿਹੜੇ ਉਹਦੇ ਗ੍ਰਸਤੀ ਜੀਵਨ ਆ ਉਹ ਇਸ ਪੀਕ ਦੇ ਉੱਤੇ ਆ ਵੀ ਉਹਨੂੰ ਜੇ ਕੋਈ ਯੰਗ ਬਲੱਡ ਮਿਲੂਗਾ ਤਾਂ ਉਹਨੂੰ ਨਿਚੋੜ ਦੂ। ਨਾਈਟਫਾਲ ਦੀ ਪ੍ਰੋਬਲਮ, ਡਰੋਪਿੰਗ ਦੀ ਪ੍ਰੋਬਲਮ, ਔਰ ਇਹਨਾਂ ਦੇ ਵਿੱਚ ਸਭ ਤੋਂ ਜਿਹੜੀ ਮੇਨ ਜੜ ਆ ਉਹ ਹੈਗਾ ਵਾ ਤੁਹਾਡਾ ਲੀਵਰ। ਤਾਂ ਬਹੁਤ ਸਾਰੇ ਪੇਸ਼ੈਂਟਾਂ ਦੇ ਦਿਮਾਗ ਦੇ ਵਿੱਚ ਇਹੀ ਆ ਵੀ ਜੇ ਮੈਂ ਕੁਛ ਖਾ ਲੂੰਗਾ, ਫੀਮ ਖਾ ਲੂੰਗਾ, ਡੋਡੇ ਖਾ ਲੂੰਗਾ, ਸਮੈਕ, ਚਿੱਟਾ, ਵਾਈਗਰਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਲੂੰਗਾ ਤਾਂ ਉਹਦੇ ਨਾਲ ਮੇਰੀ ਜਿਹੜੀ ਗ੍ਰਸਤੀ ਜੀਵਨ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਉਹ ਇੰਪਰੂਵ ਹੋ ਜੂਗੀ। ਤਾਂ ਤੁਹਾਡੀ ਮਾਨਸਿਕਤਾ ਕਿੰਨੀ ਤਿਆਰ ਹੋ ਗਈ ਵੀ ਜਿੱਦੇ ਤੁਸੀਂ ਕੁਛ ਨਾ ਖਾਧਾ ਹੋਇਆ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਜਾਣੀ, ਔਰ ਅਸੀਂ ਹੱਥਾਂ ਪੈਰਾਂ ਦੀ ਪੈਂਦੇ ਹੋਏ ਲੋਕ ਦੇਖੇ ਨੇ। ਫਿਰ ਇਹ ਨੁਸਖਾ ਕਿਵੇਂ ਅਸੀਂ ਇਸਤੇਮਾਲ ਕਰਨਾ? ਗੁੜ ਵਾਲਾ, ਸ਼ੱਕਰ ਵਾਲਾ, ਤੁਸੀਂ ਕਹਿੰਦੇ ਵੀ ਸਵੇਰੇ ਖਾਲੀ ਪੇਟ ਇਹਦਾ ਇਸਤੇਮਾਲ ਕਰਨਾ, ਸ਼ੱਕਰ ਵੀ ਰੱਖਿਆ ਤੁਸੀਂ, ਗੁੜ ਵੀ ਰੱਖਿਆ, ਇਹ ਕੀ ਕਾਰਨ ਹੈ? ਦਹੀਂ ਦੇ ਅੰਦਰ ਕੁਛ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੇ ਜਿਹੜੇ ਤੁਹਾਡੇ ਫੈਟੀ ਲੀਵਰ ਨੂੰ ਨੋਰਮਲ ਕਰ ਸਕਦੇ ਆ ਵੀ ਤੁਸੀਂ ਆਪਦੀ ਜਿਹੜੀ ਗ੍ਰਸਤੀ ਜੀਵਨ ਆ, ਤੁਸੀਂ ਗ੍ਰਸਤੀ ਜੀਵਨ ਦੀ ਗੱਲ ਕਰ ਰਹੇ ਹੋ, ਜਿਹੜੀ ਗ੍ਰਸਤੀ ਜੀਵਨ ਉਹਨੂੰ ਵਧਾਉਣ ਵਾਸਤੇ ਤੁਸੀਂ ਆਹ ਖਾਓ। ਜਦੋਂ ਇੱਦਾਂ ਦੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਜਾਂ ਆਪਾਂ ਨੂੰ ਲੱਗਦਾ ਕਿ ਮੇਰੇ ਪੱਲੇ ਤਾਂ ਹੁਣ ਕੁਛ ਵੀ ਹੈ ਨਹੀਂ, ਮਹੀਨਾ ਹੋ ਗਿਆ ਮੇਰੇ ਵਿਆਹ ਨੂੰ, ਮਹੀਨਾ ਰਹਿ ਗਿਆ ਮੇਰੇ ਵਿਆਹ 'ਚ, ਬਹੁਤ ਸਾਰੇ ਲੋਕ ਇਹ ਗੱਲ ਕਰਦੇ ਵੀ ਮੈਂ ਹੱਥ ਰੱਸੀ ਦੀ ਟਾਈਮਿੰਗ ਦੇ ਨਾਲ ਮੈਂ ਆਪਦੇ ਆਪ ਨੂੰ ਪਰਖ ਲਿਆ। ਹੱਥ ਰੱਸੀ ਅਤੇ ਪ੍ਰੈਕਟੀਕਲ ਗ੍ਰਸਤ ਕਰਨ 'ਚ ਜ਼ਮੀਨ ਅਸਮਾਨ ਦਾ ਫਰਕ ਆ। ਸਭ ਤੋਂ ਵੱਧ ਸਟ੍ਰੈਸ ਤੁਹਾਡੇ ਪੈਂਦਾ ਵਾ ਲੀਵਰ ਦੇ ਉੱਤੇ। ਜਦੋਂ ਤੁਹਾਨੂੰ ਸਟ੍ਰੈਸ ਹੋ ਗਿਆ, ਤੁਸੀਂ ਇੱਕ ਗੱਲ ਸਮਝੋ, ਜਦੋਂ ਕਿਸੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੁੰਦਾ ਜਾਂ ਕਿਸੇ ਕੁੜੀ ਦਾ ਨਵਾਂ ਨਵਾਂ ਵਿਆਹ ਹੁੰਦਾ, ਉਹਦੀ ਭੁੱਖ ਕਿਉਂ ਘੱਟ ਜਾਂਦੀ ਆ? ਉਹ ਕੀ ਕਹਿੰਦੇ ਆ, ਪਤਾ ਨਹੀਂ ਕੀ ਚੱਕਰ, ਘਬਰਾਹਟ ਹੀ ਹੋਈ ਜਾਂਦੀ, ਭੁੱਖ ਹੀ ਨਹੀਂ ਲੱਗਦੀ। ਮਸਲਾ ਤਾਂ ਇੱਥੇ ਆ ਗਿਆ ਜਦੋਂ ਤੁਹਾਨੂੰ 18 ਸਾਲ ਦਾ, 20 ਸਾਲ ਦਾ, 22 ਸਾਲ ਦਾ, 24 ਸਾਲ ਦਾ ਬੱਚਾ ਫੋਨ ਕਰਕੇ ਕਹਿੰਦਾ ਵਾ 2 ਮਹੀਨੇ ਬਾਅਦ ਮੇਰਾ ਵਿਆਹ ਅਤੇ ਮੈਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਇੱਕ ਹੋਰ ਗਲਤੀ ਅਸੀਂ ਕਰਦੇ ਹਾਂ, ਗ੍ਰਸਤ ਕਰਨ ਤੋਂ ਬਾਅਦ ਪਾਣੀ ਪੀ ਲੈਂਦੇ ਹਾਂ, ਪਸਲ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਉਹਦੇ ਨਾਲ। ਜਿਨ੍ਹਾਂ ਲੋਕਾਂ ਦੀ ਫੈਟੀ ਲੀਵਰ ਗ੍ਰੇਡ 1 ਅਲਸਰੇਟਿਵ ਕੋਲਾਈਟਿਸ, ਲੀਵਰ ਫਾਈਬਰਾਈਸਿਸ ਹੋ ਗਈਆਂ ਸਿਚੁਏਸ਼ਨਸ ਬਣ ਜਾਂਦੀਆਂ ਨੇ, ਸੋ ਉਹਨਾਂ ਲੋਕਾਂ ਵਾਸਤੇ ਉਹ ਇੱਕ ਨੁਕਤਾ ਬਣਦਾ ਵਾ, ਉਹ ਇੱਕ ਮੈਡੀਸਨ ਬਣਦੀ ਆ। ਮੈਂਟਲੀ ਕਾਰਨ ਨੇ, ਮੈਂਟਲੀ ਕਾਰਨ ਕੀ ਨੇ, ਬਹੁਤ ਸਾਰੇ ਲੋਕ ਗ੍ਰਸਤੀ ਦੇ ਵਿੱਚ ਆਪਦੀ ਪਰੇਸ਼ਾਨ ਨੇ, ਉਹ ਰਾਤ ਨੂੰ ਹੀ ਸਾਰੀ ਰਾਤ ਸਟ੍ਰੈਸ 'ਚ ਨੇ, ਕਿਤੇ ਵਾਈਫ ਹੋਣ ਨਾ ਕਹਿ ਦੇ ਵੀ ਆਪਾਂ ਕੋਈ ਰਿਲੇਸ਼ਨ ਬਣਾਈਏ। ਵੀ ਜਦੋਂ ਤੁਸੀਂ ਰਾਤ ਨੂੰ 11 ਵਜੇ ਤੋਂ 3 ਵਜੇ ਤੱਕ ਨਹੀਂ ਸੌਂਦੇ ਨਾ, ਤਾਂ ਤੁਹਾਡੇ ਸਰੀਰ ਦੇ ਅੰਦਰ ਨਵੀਂ ਊਰਜਾ, ਨਵੀਂ ਐਨਰਜੀ ਨਹੀਂ ਪੈਦਾ ਹੁੰਦੀ। ਵੀ ਜਦੋਂ ਤੁਹਾਡਾ ਲੀਵਰ ਨਹੀਂ ਠੀਕ ਨਾ, ਤੁਹਾਡੀ ਗ੍ਰਸਤੀ ਜੀਵਨ ਦੇ ਅੰਦਰ ਪ੍ਰੋਬਲਮ ਆਉਣੀ ਹੀ ਆਉਣੀ ਆ। ਇਹ ਕੁਦਰਤ ਨੇ ਬਖਸ਼ਿਆ ਹੋਇਆ ਬਾਲਾ, ਬਹੁਤ ਸਾਰੇ ਇਸ ਤਰ੍ਹਾਂ ਦੇ ਮਰੀਜ਼ ਨੇ ਜਿਨ੍ਹਾਂ ਦੀ IVF ਜਾਂ ਜਿਨ੍ਹਾਂ ਦੀ ਆਪਾਂ ਕਹਿ ਦਿੰਦੇ ਅਲਸਰੇਟਿਵ ਕੋਲਾਈਟਿਸ ਦੀ ਪ੍ਰੋਬਲਮ ਹੁੰਦੀ ਆ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਵੀ ਇਹ ਕਾਰੀਗਰ ਮੰਨਿਆ ਗਿਆ, ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਾਸਤੇ ਵੀ ਕਾਰੀਗਰ ਮੰਨਿਆ। ਪ੍ਰੋਬਲਮ ਆ ਕਈ ਸੋਲਵ ਕਰ ਦਿੰਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਸਰਦੀਆਂ ਦੇ ਵਿੱਚ ਹੁੰਦਾ ਕੀ ਹੈ ਕਿ ਅਸੀਂ ਕਹਿੰਦੇ ਹਾਂ ਕਿ 2 ਮਿੰਟ ਅਸੀਂ ਰਜਾਈ ਦੇ ਵਿੱਚ ਵੜ ਕੇ ਆਰਾਮ ਕਰ ਲਈਏ, ਸਰੀਰ ਨੂੰ ਗਰਮ ਕਰ ਲਈਏ, ਪਰ ਮੁੜ ਕੇ ਰਜਾਈ 'ਚੋਂ ਉੱਠਣ ਦਾ ਦਿਲ ਹੀ ਨਹੀਂ ਕਰਦਾ।
ਕੰਮ 'ਤੇ ਜਾਣ ਦੇ ਰਾਤ ਨੂੰ ਮੂਡ ਹੁੰਦਾ ਕਿ ਸਵੇਰੇ ਅਸੀਂ ਛੇਤੀ ਉੱਠ ਕੇ ਸਾਰੇ ਕੰਮ ਨਿਬੇੜ ਲਾਂਗੇ, ਪਰ ਸਰਦੀਆਂ ਦੇ ਵਿੱਚ ਕੀ ਹੁੰਦਾ ਕਿ 9:30 ਵਜੇ ਤੋਂ ਪਹਿਲਾਂ ਸਾਡੀ ਅੱਖ ਹੀ ਨਹੀਂ ਖੁੱਲ੍ਹਦੀ, ਸਾਡੀ ਨੀਂਦ ਹੀ ਨਹੀਂ ਪੂਰੀ ਹੁੰਦੀ। ਯਾਨੀ ਕਿ ਸਰਦੀਆਂ ਦੇ ਵਿੱਚ ਸਿਸਟਮ ਹੈ ਜਿਹੜਾ ਉਹ ਸਾਡਾ ਸਲੋਅ ਹੋ ਜਾਂਦਾ। ਅਜਿਹੇ ਦੇ ਵਿੱਚ ਸਿਸਟਮ ਜਦੋਂ ਸਲੋਅ ਹੁੰਦਾ ਸਾਡੇ ਸਰੀਰ ਦਾ, ਉਸ ਨੂੰ ਐਕਟੀਵੇਟ ਕਿਵੇਂ ਕੀਤਾ ਜਾਵੇ, ਅੱਜ ਇਹ ਮੁੱਦਾ ਲੈ ਕੇ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਵੈ ਜਗਦੀਪ ਜੀ ਦੇ ਬੇਟੇ ਯੋਧਾ ਸਿੰਘ ਜੀ ਕੋਲ। ਉਹਨਾਂ ਕੋਲੋਂ ਸਮਝਾਂਗੇ, ਕਿਉਂਕਿ ਉਹਨਾਂ ਦਾ ਇਹ ਟੋਟਕਾ ਪਿਛਲੇ ਵੀਡੀਓ ਦੇ ਵਿੱਚ ਕਾਫੀ ਵਾਇਰਲ ਹੋਇਆ, ਉਹਨਾਂ ਦੀਆਂ ਵੀਡੀਓਜ਼ ਨੇ ਜਿਹੜੀ ਕਾਫੀ ਵਾਇਰਲ ਹੁੰਦੀਆਂ ਨੇ, ਰੀਲਾਂ ਕਾਫੀ ਵਾਇਰਲ ਹੁੰਦੀਆਂ ਨੇ। ਅੱਜ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉਹਨਾਂ ਨੇ ਦਹੀਂ ਰੱਖੀ ਹੋਈ ਹੈ, ਇਹ ਦਹੀਂ ਹੈਗੀ ਹੈ, ਗੁੜ ਹੈਗਾ, ਸ਼ੱਕਰ ਹੈਗਾ, ਨਾਲ ਉਹਨਾਂ ਨੇ ਇੱਕ ਹੋਰ ਚੀਜ਼ ਆਪਣਾ ਨੁਸਖਾ ਬਣਾ ਕੇ ਰੱਖਿਆ। ਸਮਝਾਂਗੇ ਕਿ ਕੀ ਕੰਮ ਕਰੇਗਾ ਔਰ ਇਹ ਕੀ ਕੰਮ ਆਉਣ ਵਾਲਾ। ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਆ, ਪਰਮਾਤਮਾ ਸੁੱਖ ਰੱਖੇ ਤੁਹਾਨੂੰ ਬਿਮਾਰੀ ਅਤੇ ਵੈਦਾਂ ਕੋਲੋਂ, ਦੂਰ ਹੀ ਰਹੋ ਤਾਂ ਜ਼ਿਆਦਾ ਚੰਗਾ। ਅੱਛਾ ਯੋਧਾ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਮੇਰਾ ਕਿ ਸਰਦੀਆਂ ਦੇ ਵਿੱਚ ਇੰਨੀ ਲੇਜ਼ੀਨੈਸ, ਸੁਸਤੀ ਕਿਉਂ ਆ ਜਾਂਦੀ ਹੈ? ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾਂ, ਜਿਹੜੇ ਵੀ ਲੋਕ ਇਸ ਵੀਡੀਓ ਜ਼ਰੀਏ ਦੇਖ ਰਹੇ ਆ, ਤਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਸਵਾਲ ਤੁਸੀਂ ਪੁੱਛਿਆ, ਬਹੁਤ ਸਾਰੇ ਲੋਕਾਂ ਦਾ ਵੀ ਇਹੀ ਸਵਾਲ ਹੋਏਗਾ ਵੀ ਸਰਦੀਆਂ ਦੇ ਵਿੱਚ ਸਾਨੂੰ ਆਲਸ ਆ ਜਾਂਦਾ। ਪਰ ਮਸਲਾ ਇਹ ਹੈ, ਸਾਡੇ ਕੋਲ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਗਰਮੀਆਂ ਦੇ ਵਿੱਚ ਵੀ ਬਹੁਤ ਆਲਸ ਆਉਂਦਾ। ਆਲਸ ਕਰਨਾ ਕਿ ਨਹੀਂ ਕਰਨਾ, ਜਿਨ੍ਹਾਂ ਲੋਕਾਂ ਨੇ ਕਿਤੇ ਪਹੁੰਚਣਾ, ਜਿਨ੍ਹਾਂ ਲੋਕਾਂ ਨੇ ਕੋਈ ਕੰਮ ਕਰਨਾ, ਉਹਨਾਂ ਨੇ ਉਹ ਕੰਮ ਕਰਨਾ ਹੀ ਕਰਨਾ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਵੀ ਅਸੀਂ ਨਦੀਆਂ ਤੱਕ ਪਾਰ ਲੰਘੇ ਅਸੀਂ ਜੇ ਪਹਾੜ ਚੜ੍ਹਨਾ ਸੀਗਾ। ਸੋ ਆਲਸ ਤੁਹਾਡੀ ਮਾਨਸਿਕਤਾ ਵਾ। ਦੂਸਰੀ ਗੱਲ ਜੇ ਗੱਲ ਕਰੀਏ ਆਪਾਂ ਸਰੀਰਕ ਤੌਰ ਦੇ ਉੱਤੇ, ਤਾਂ ਸਰੀਰ ਦੇ ਅੰਦਰ ਜਦੋਂ ਤੁਸੀਂ ਸੌਣਾ ਰਾਤ ਨੂੰ ਲੇਟ ਆ, ਤੁਸੀਂ ਖਾਣੀ ਦਾਲ ਆ, ਤੁਹਾਡੇ ਸਰੀਰ ਦੇ ਅੰਦਰ ਬੈ ਆ, ਜਿਵੇਂ ਕਿ ਆਪਾਂ ਪਿਛਲੀ ਵੀਡੀਓ 'ਚ ਵੀ ਇੱਕ ਵਾਰੀ ਗੱਲ ਕੀਤੀ ਸੀ, ਸ਼ਾਇਦ ਜਿਹੜੀ ਆਡੀਅੰਸ ਦੇਖ ਰਹੀ ਉਹ ਰਿਲੇਟ ਵੀ ਕਰਨਗੇ, ਵੀ ਜਦੋਂ ਤੁਸੀਂ ਰਾਤ ਨੂੰ 11 ਵਜੇ ਤੋਂ 3 ਵਜੇ ਤੱਕ ਨਹੀਂ ਸੌਂਦੇ ਨਾ, ਤਾਂ ਤੁਹਾਡੇ ਸਰੀਰ ਦੇ ਅੰਦਰ ਨਵੀਂ ਊਰਜਾ, ਨਵੀਂ ਐਨਰਜੀ ਨਹੀਂ ਪੈਦਾ ਹੁੰਦੀ। ਪਰ ਬਹੁਤ ਵਾਰ ਹੁੰਦਾ ਜੀ, ਸਾਡਾ ਦਿਲ ਤਾਂ ਬੜਾ ਕਰਦਾ ਵੀ ਅਸੀਂ ਜਿਹੜਾ ਟਾਈਮ ਦਿੱਤਾ ਵਾ ਕੰਮ 'ਤੇ ਉਸ ਟਾਈਮ 'ਤੇ ਪਹੁੰਚ ਜਾਈਏ, ਪਰ ਪਹੁੰਚ ਨਹੀਂ ਪਾਉਂਦੇ, ਜ਼ੋਰ ਬੜਾ ਲੱਗਦਾ। ਉਹ ਕਾਰਨ ਪੁੱਛ ਰਹੇ ਹਾਂ, ਮਤਲਬ ਹੁੰਦਾ ਅੰਦਰੋਂ ਤਾਂ ਇੱਛਾ ਹੁੰਦੀ ਹੈ ਪਰ ਸਰੀਰ ਨਹੀਂ ਸਾਥ ਦਿੰਦਾ, ਉਹ ਕੀ ਕਾਰਨ ਬਣ ਜਾਂਦੇ ਨੇ ਜੀ? ਉਹ ਫਿਰ ਉਸ ਕੈਟੇਗਰੀ 'ਚ ਆ ਜਾਂਦੇ ਜਿਹੜੇ ਪੁਰਾਣੇ ਟਰੈਕਟਰ ਨੇ ਜੀ, ਜਿਹੜੇ ਕਹਿੰਦੇ ਅਸੀਂ ਹੌਲੀ ਹੌਲੀ ਰੈਲੇ ਹੁੰਦੇ ਹਾਂ, ਉਹਨਾਂ ਨੇ ਨਾ ਕਦੇ ਆਪਦਾ ਯੂਰਿਕ ਐਸਿਡ ਟੈਸਟ ਕਰਾਇਆ, ਨਾ ਫੈਟੀ ਲੀਵਰ ਚੈੱਕ ਕਰਾਇਆ, ਕੁਛ ਤਾਂ ਕਾਰਨ ਹੋਊਗਾ। ਪਰ ਅੱਜ ਕੱਲ੍ਹ ਤਾਂ ਇੱਦਾਂ ਦੀਆਂ ਟਰੈਕਟਰ ਇੱਦਾਂ ਦੇ ਵੀ ਆ ਗਏ ਉਹਦਾ ਜੀ ਕਿ ਸਟਾਰਟ ਸੈਲਫ ਮਾਰਨ ਸਾਰ ਉਹ ਛਾਲ ਮਾਰਦੇ ਨੇ। ਬਿਲਕੁਲ ਟਰੈਕਟਰ ਇਹੋ ਜਿਹੇ ਆ ਗਏ ਨੇ, ਪਰ ਆਪਾਂ ਇੱਥੇ ਗੱਲ ਬੰਦਿਆਂ ਦੀ ਕਰ ਰਹੇ, ਉਸ ਕੈਟੇਗਰੀ ਦੀ ਖਾਸ ਕਰਕੇ ਕਰ ਰਹੇ ਜਿਹਨਾਂ ਨੂੰ ਹੌਲੀ ਹੌਲੀ ਗੇੜਾ ਦੇਣਾ ਪੈਂਦਾ। ਉਹਦੇ ਪਿੱਛੇ ਕੁਛ ਫਿਜ਼ੀਕਲ ਕਾਰਨ ਨੇ, ਮੈਂਟਲੀ ਕਾਰਨ ਨੇ। ਮੈਂਟਲੀ ਕਾਰਨ ਕੀ ਨੇ? ਬਹੁਤ ਸਾਰੇ ਲੋਕ ਗ੍ਰਸਤੀ ਦੇ ਵਿੱਚ ਆਪਦੀ ਪਰੇਸ਼ਾਨ ਨੇ, ਉਹ ਰਾਤ ਨੂੰ ਹੀ ਸਾਰੀ ਰਾਤ ਸਟ੍ਰੈਸ ਨੇ, ਕਿਤੇ ਵਾਈਫ ਹੋਣ ਨਾ ਕਹਿ ਦੇ ਵੀ ਆਪਾਂ ਕੋਈ ਰਿਲੇਸ਼ਨ ਬਣਾਈਏ, ਉਹ ਸਾਰੀ ਰਾਤ ਇਹੀ ਚੀਜ਼ ਦੇ ਸਟ੍ਰੈਸ 'ਚ ਨੇ, ਸੁੱਕੜ ਰਹੇ ਨੇ ਆਪਦੇ ਆਪ 'ਚ। ਜਦੋਂ ਸਾਰੀ ਰਾਤ ਹੀ ਤੁਸੀਂ ਸਟ੍ਰੈਸ ਦੇ ਵਿੱਚ ਲੰਘਾਈ, ਤੁਹਾਡਾ ਮਾਇੰਡ ਰਿਲੈਕਸ ਹੀ ਨਹੀਂ ਕੀਤਾ, ਸਵੇਰ ਉੱਠ ਕੇ ਤੁਸੀਂ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਪੂਰੀ ਐਨਰਜੀ 'ਚ ਆਪਦੇ 100% ਦੇ ਸਕੋਗੇ? ਜਦੋਂ ਤੁਹਾਡਾ ਕਿਸੇ, ਮੈਂ ਸਿਰਫ ਇਹ ਨਹੀਂ ਕਹਿੰਦਾ ਗ੍ਰਸਤੀ ਕਰਕੇ ਤੁਸੀਂ ਸਟ੍ਰੈਸ 'ਚ ਹੋ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਾਰੋਬਾਰਾਂ ਦਾ ਸਟ੍ਰੈਸ ਆ, ਉਸ ਟਾਈਮ ਦੇ ਉੱਤੇ ਜਾ ਕੇ ਸਰੀਰ ਡਾਊਨ ਮਾਰਦਾ ਵਾ। ਸਟ੍ਰੈਸ ਦਾ ਅਸਰ ਫਿਰ ਸਭ ਤੋਂ ਜ਼ਿਆਦਾ ਕਿਹੜੇ ਅੰਗ 'ਤੇ ਪੈਂਦਾ, ਸਾਨੂੰ ਫਿਰ ਇਹ ਵੀ ਦੱਸੋ। ਸਭ ਤੋਂ ਵੱਧ ਸਟ੍ਰੈਸ ਦੇ ਉੱਤੇ ਅਸਰ ਪੈਂਦਾ, ਮੈਂ ਇੱਕ ਉਦਾਹਰਣ ਵੀ ਦੂੰਗਾ ਇਸ ਦੇ ਜ਼ਰੀਏ, ਸਭ ਤੋਂ ਵੱਧ ਸਟ੍ਰੈਸ ਤੁਹਾਡੇ ਪੈਂਦਾ ਵਾ ਲੀਵਰ ਦੇ ਉੱਤੇ। ਜਦੋਂ ਤੁਹਾਨੂੰ ਸਟ੍ਰੈਸ ਹੋ ਗਿਆ, ਤੁਸੀਂ ਇੱਕ ਗੱਲ ਸਮਝੋ, ਜਦੋਂ ਕਿਸੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੁੰਦਾ ਜਾਂ ਕਿਸੇ ਕੁੜੀ ਦਾ ਨਵਾਂ ਨਵਾਂ ਵਿਆਹ ਹੁੰਦਾ, ਉਹਦੀ ਭੁੱਖ ਕਿਉਂ ਘੱਟ ਜਾਂਦੀ ਆ? ਉਹ ਕੀ ਕਹਿੰਦੇ ਆ, ਪਤਾ ਨਹੀਂ ਕੀ ਚੱਕਰ, ਘਬਰਾਹਟ ਹੀ ਹੋਈ ਜਾਂਦੀ, ਭੁੱਖ ਹੀ ਨਹੀਂ ਲੱਗਦੀ। ਉਹਨੂੰ ਕਹਿੰਦੇ ਤੂੰ ਰੋਟੀ ਖਾ ਲਾ, ਬਾ ਇੱਕ ਹੀ ਬਹੁਤ ਆ। ਉਹਨੂੰ ਕਹਿੰਦੇ ਤੂੰ ਐਂ ਕਰ ਲਾ, ਨਹੀਂ ਬਾ ਇੰਨਾ ਹੀ ਬਹੁਤ ਆ। ਇਹ ਕਿਉਂ ਹੋ ਰਿਹਾ ਵਾ?
ਜਾਂ ਜਿਹੜੇ ਲੋਕਾਂ ਦੇ, ਚਲੋ ਵਿਆਹ ਵਾਲਾ ਕੇਸ ਅੱਡ ਆ, ਜਿਹਨਾਂ ਲੋਕਾਂ ਦੇ ਕੇਸ ਚੱਲਦੇ ਨੇ, ਜਿਹਨਾਂ ਲੋਕਾਂ ਦਾ ਜੇਲ੍ਹਾਂ ਦੇ ਨਾਲ ਮੁਕੱਦਮਾ ਚੱਲਦੇ ਆ, ਜਿਹਨਾਂ ਦੇ ਉਹ ਪ੍ਰੋਬਲਮਸ ਨੇ, ਜਿਹੜੇ ਲੋਕ ਉਸ ਚੀਜ਼ ਦਾ ਸਟ੍ਰੈਸ ਲੈਂਦੇ ਆ ਔਰ ਜਿਹੜੇ ਲੋਕ ਇਸ ਚੀਜ਼ ਦਾ ਸਟ੍ਰੈਸ ਲੈਂਦੇ, ਬਹੁਤ ਕੋਮਨ ਚੀਜ਼ ਆ ਇਹ, ਉਹ ਚੀਜ਼ ਇਸ ਚੀਜ਼ ਨਾਲ ਰਿਲੇਟ ਕਰਨਗੇ। ਕਿਉਂ ਉਹ ਬੰਦੇ ਸੁੱਕ ਕੇ ਪਤਲੇ ਹੋ ਜਾਂਦੇ ਆ? ਜਿਹੜਾ ਬੰਦਾ ਸਟ੍ਰੈਸ ਲੈਂਦਾ ਉਹ ਪਤਲਾ ਕਿਉਂ ਹੋ ਜਾਂਦਾ? ਮੁੱਦਾ ਤਾਂ ਇੱਥੇ ਆਉਂਦਾ, ਜਦੋਂ ਤੁਸੀਂ ਸਟ੍ਰੈਸ ਲੈ ਰਹੇ ਹੋ ਤਾਂ ਇਹਦਾ ਮਤਲਬ ਤੁਹਾਡੇ ਸਰੀਰ ਦੇ ਅੰਦਰ ਕੁਛ ਇਸ ਤਰ੍ਹਾਂ ਦੇ ਕੈਮੀਕਲਸ ਪੈਦਾ ਹੋ ਰਹੇ ਨੇ, ਜਿਵੇਂ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਸੀ, ਤੁਹਾਡੇ ਦਿਲ ਨੇ ਅਤੇ ਤੁਹਾਡੇ ਦਿਮਾਗ ਨੇ, ਇਹਨਾਂ ਦਾ ਇੱਕੋ ਇੱਕ ਜ਼ਿੰਦਗੀ ਦਾ ਟਾਰਗੇਟ ਆ ਤੁਹਾਨੂੰ ਜਿਉਂਦਾ ਰੱਖਣਾ, ਇਹਨਾਂ ਦਾ ਹੋਰ ਕੋਈ ਟਾਰਗੇਟ ਨਹੀਂ। ਟਾਰਗੇਟ ਹੀ ਇੱਕ ਆ ਇਹਨਾਂ ਦਾ ਵੀ ਇਹ ਬੰਦਾ ਸਾਡਾ ਮਰਨਾ ਨਹੀਂ ਚਾਹੀਦਾ, ਇਹ ਮਰ ਗਿਆ ਸੀ ਮਰ ਗਏ। ਉਹ ਸਰਵਾਈਵਲ ਮੋਡ ਦੇ ਅੰਦਰ ਜਾ ਕੇ ਇਸ ਤਰ੍ਹਾਂ ਦੇ ਕੈਮੀਕਲਸ ਪ੍ਰੋਡਿਊਸ ਕਰਨ ਲੱਗ ਜਾਂਦੇ ਆ, ਇਸ ਤਰ੍ਹਾਂ ਦੇ ਐਸਿਡਸ ਪ੍ਰੋਡਿਊਸ ਕਰਨ ਲੱਗ ਜਾਂਦੇ ਆ, ਇਸ ਤਰ੍ਹਾਂ ਦੇ ਤੁਹਾਡੀ ਬੋਡੀ ਲੈਂਗੁਏਜ ਕਰ ਦਿੰਦੇ ਆ, ਕਿਉਂਕਿ ਉਹ ਸਿਰਫ ਸਟ੍ਰੈਸ ਨੂੰ ਮੈਨੇਜ ਕਰ ਰਹੇ ਨੇ। ਤੁਸੀਂ ਇਹ ਨਿਗਾਹ ਹੀ ਨਹੀਂ ਮਾਰ ਰਹੇ, ਤੁਸੀਂ ਖਾ ਪੀ ਕੀ ਰਹੇ ਹੋ। ਬਹੁਤ ਸਾਰੇ ਵਕੀਲ ਨੇ ਜਿਹੜੇ ਲੋਕ ਵਕੀਲ ਦੇ ਪ੍ਰੋਫੈਸ਼ਨ 'ਚ ਨੇ, ਬਹੁਤ ਸਾਰੇ ਟੀਚਰਸ ਦੇ ਪ੍ਰੋਫੈਸ਼ਨ 'ਚ ਨੇ, ਬਹੁਤ ਸਾਰੇ ਡਾਕਟਰਸ ਤੱਕ ਮੈਂ ਦੇਖੇ ਆ, ਜਿਹੜੇ ਕਹਿੰਦੇ ਆ ਵੀ ਸਾਡੇ ਕੋਲ ਨਹੀਂ ਟਾਈਮ ਹੈਗਾ, ਨਾ ਸਾਡਾ ਖਾਣ ਦਾ ਕੋਈ ਟਾਈਮ ਆ, ਨਾ ਸਾਡਾ ਉੱਠਣ ਦਾ ਕੋਈ ਟਾਈਮ ਆ, ਹਰ ਚੀਜ਼ ਸਾਨੂੰ ਮਜਬੂਰੀ 'ਚ ਕਰਨੀ ਪੈ ਰਹੀ ਆ। ਸ਼ੁਰੂ ਤਾਂ ਅਸੀਂ ਕੀਤਾ ਸੀ ਚਾਹ ਦੇ ਵਿੱਚ, ਬਟ ਹਾਲ ਦੀ ਘੜੀ ਹੁਣ ਸਾਡਾ ਜਿਹੜੇ ਸਿਸਟਮ ਬਣ ਚੁੱਕਿਆ ਉਹ ਸਾਰਾ ਕੁਛ ਮਜਬੂਰੀ ਕਰਕੇ ਚੱਲ ਰਿਹਾ। ਇੱਕ ਵਾਰ ਇਸ ਤਰ੍ਹਾਂ ਵੀ ਬਹੁਤ ਹੁੰਦਾ, ਵਿਆਹ ਤੋਂ ਪਹਿਲਾਂ ਜਦੋਂ ਵਿਆਹ ਵੇਲੇ ਮੌਕੇ ਹੁੰਦੇ ਨੇ, ਅੱਜ ਕੱਲ੍ਹ ਤਾਂ ਯੋਧਾ ਜੀ ਕੰਧਾਂ ਭਰੀਆਂ ਪਈਆਂ ਨੇ, ਵਿਆਹ ਤੋਂ ਘਬਰਾਹਟ ਕਿਉਂ, ਯੇ ਵੋ, ਇੱਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੇ। ਆਡੀਅੰਸ ਬੜੀ ਸਮਝਦਾਰ ਹੈਗੀ ਹੈ, ਅਤੇ ਫਿਰ ਉਹ ਉਹਦੇ ਕਰਕੇ ਵੀ ਸਟ੍ਰੈਸ ਬਣ ਜਾਂਦਾ ਜਦੋਂ ਇੱਦਾਂ ਦੀਆਂ ਚੀਜ਼ਾਂ ਆਪਾਂ ਵੇਖਦੇ ਹਾਂ, ਜਾਂ ਆਪਾਂ ਨੂੰ ਲੱਗਦਾ ਕਿ ਮੇਰੇ ਪੱਲੇ ਤਾਂ ਹੁਣ ਕੁਛ ਵੀ ਹੈ ਨਹੀਂ, ਮਹੀਨਾ ਹੋ ਗਿਆ ਮੇਰੇ ਵਿਆਹ ਨੂੰ, ਮਹੀਨਾ ਰਹਿ ਗਿਆ ਮੇਰੇ ਵਿਆਹ 'ਚ। ਬੜਾ ਨਾ ਹੀ ਅਫਸੋਸ ਹੋਇਆ ਤੁਹਾਡੀ ਇਹ ਗੱਲ ਸੁਣ ਕੇ, ਔਰ ਜਦੋਂ ਕਿਤੇ ਅਸੀਂ ਵੀ ਇਹ ਚੀਜ਼ ਦੇਖਦੇ ਹਾਂ ਤਾਂ ਮਨ 'ਚ ਅਫਸੋਸ ਵੀ ਆਉਂਦਾ ਹੈ। ਅਤੇ ਇੱਥੇ ਸਾਡੇ ਬੰਦੇ ਨੇ ਜਿਹੜੇ ਉਹ ਇਸ ਚੀਜ਼ ਤੋਂ ਲੜੀ ਜਾਂਦੇ ਨੇ ਵੀ ਮੈਂ ਕੀ ਆਪਦੀ ਘਰ ਵਾਲੀ ਨੂੰ ਸੰਤੁਸ਼ਟ ਕਰ ਪਾਊਂਗਾ ਕਿ ਨਹੀਂ, ਸਾਡੀ ਮਾਨਸਿਕਤਾ ਇੰਨੀ ਡਾਊਨ ਆ ਗਈ, ਸਾਡੇ ਫਿਜ਼ੀਕਲ ਐਕਟੀਵਿਟੀ ਇੰਨੀ ਡਾਊਨ ਆ ਗਈ, ਸਾਡੀ ਜਿਮ ਕੋਈ ਨਹੀਂ ਲਾ ਰਹੇ ਹੈਗੇ, ਆਪਣੀ ਖੁਰਾਕ ਕੋਈ ਵਧੀਆ ਨਹੀਂ ਹੈਗੀ, ਸਾਡੀ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਚੁੱਕੀਆਂ ਨੇ। ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਵੀ ਤੁਸੀਂ ਆਪਦੀ ਜਿਹੜੀ ਗ੍ਰਸਤੀ ਜੀਵਨ ਆ, ਤੁਸੀਂ ਗ੍ਰਸਤੀ ਜੀਵਨ ਦੀ ਗੱਲ ਕਰ ਰਹੇ ਹੋ, ਜਿਹੜੀ ਗ੍ਰਸਤੀ ਜੀਵਨ ਉਹਨੂੰ ਵਧਾਉਣ ਵਾਸਤੇ ਤੁਸੀਂ ਆਹ ਖਾਓ ਜੀ, ਗ੍ਰਸਤੀ ਜੀਵਨ ਨੂੰ ਵਧੀਆ ਕਰਨ ਵਾਸਤੇ ਤੁਸੀਂ ਆਹ ਖਾਓ, ਤਾਂ ਉੱਥੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਠੀਕ ਆ, ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਇੱਕ ਉਮਰ ਆਉਣੀ ਆ, ਉਸ ਉਮਰ ਤੋਂ ਬਾਅਦ ਉਹਨਾਂ ਨੂੰ ਲੱਗਦਾ ਲੋੜ ਹੈਗੀ ਆ ਤਾਂ ਉਹ ਕੰਟੈਕਟ ਕਰ ਲੈਣਗੇ, ਉਹ ਰੀਚ ਆਊਟ ਕਰ ਲੈਣਗੇ, ਉਹ ਲੈ ਲੈਣਗੇ। ਮਸਲਾ ਤਾਂ ਇੱਥੇ ਆ ਗਿਆ ਜੀ ਜਦੋਂ ਤੁਹਾਨੂੰ 18 ਸਾਲ ਦਾ, 20 ਸਾਲ ਦਾ, 22 ਸਾਲ ਦਾ, 24 ਸਾਲ ਦਾ ਬੱਚਾ ਫੋਨ ਕਰਕੇ ਕਹਿੰਦਾ ਵਾ 2 ਮਹੀਨੇ ਬਾਅਦ ਮੇਰਾ ਵਿਆਹ ਅਤੇ ਮੈਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਸੋ ਉਸ ਸਮੇਂ ਦੇ ਉੱਤੇ ਬਹੁਤ ਸਾਰੇ ਨੌਜਵਾਨ ਗੁੰਮਰਾਹ ਵੀ ਹੁੰਦੇ ਨੇ, ਤੁਸੀਂ ਯਕੀਨ ਮੰਨੋਗੇ, ਮੋਰ ਦੈਨ, ਆਪਾਂ ਜ਼ਿਆਦਾ ਵੀ ਨਹੀਂ ਕਹਿੰਦੇ, ਤੁਹਾਨੂੰ ਜੈਨੂਅਨ ਫਿਗਰ ਜੇ ਮੈਂ ਦੇਵਾਂ, 2,000-2,500 ਤੋਂ ਵੱਧ ਬੰਦਾ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਮਿਲਦੇ ਹਾਂ। ਜਦੋਂ ਅਸੀਂ 2,000-2,500 ਬੰਦੇ ਦੇ ਅੰਦਰ ਮਿਲਦੇ ਹਾਂ, ਜਿਹੜਾ ਆਹ ਸਿਆਲਾਂ ਦਾ ਟਾਈਮ ਆ ਜਿਹਨੂੰ ਲੋਕ ਵੈਡਿੰਗ ਸੀਜ਼ਨ ਕਹਿੰਦੇ ਆ, ਇਸ ਟਾਈਮ 'ਤੇ ਪੇਸ਼ੈਂਟ ਸਾਡੇ ਕੋਲ ਆ ਕੇ ਸਿਰਫ ਇੱਕੋ ਹੀ ਗੱਲ ਕਹਿੰਦੇ ਆ, 3 ਮਹੀਨੇ ਬਾਅਦ ਸਾਡਾ ਵਿਆਹ, ਸਾਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ। ਤੁਹਾਨੂੰ ਕਿਹਾ ਕਿਹਨੇ ਵੀ ਤੁਹਾਡੇ ਅੰਦਰ ਕੋਈ ਦਿੱਕਤ ਆ? ਤੁਹਾਨੂੰ ਇਹ ਸਵਾਲ ਕਿਹਨੇ ਤੁਹਾਡੇ ਮਨ 'ਚ ਖੜਾ ਕਰਤਾ ਵੀ ਮੇਰੇ ਅੰਦਰ ਦਿੱਕਤ ਆ? ਬਹੁਤ ਸਾਰੇ ਲੋਕ ਇਹ ਗੱਲ ਕਰਦੇ ਵੀ ਮੈਂ ਹੱਥ ਰੱਸੀ ਦੀ ਟਾਈਮਿੰਗ ਦੇ ਨਾਲ ਮੈਂ ਆਪਦੇ ਆਪ ਨੂੰ ਪਰਖ ਲਿਆ। ਹੱਥ ਰੱਸੀ ਅਤੇ ਪ੍ਰੈਕਟੀਕਲ ਗ੍ਰਸਤ ਕਰਨ 'ਚ ਜ਼ਮੀਨ ਅਸਮਾਨ ਦਾ ਫਰਕ ਆ। ਲੋਕ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹ ਕਿਉਂ ਦੇ ਸੀਗੇ, ਉਹਦੇ ਵਿੱਚ ਮਿਠਾਈਆਂ ਬਣਵਾਉਂਦੇ ਸੀਗੇ, ਜਦੋਂ ਵਿਆਹ ਹੁੰਦਾ ਕਿਉਂ ਢੋਲ ਨਗਾੜੇ ਇੰਨਾ ਕੁਛ ਵਜਾਉਂਦੇ ਆ, ਤਾਂ ਕਿ ਜਿਹੜਾ ਬੱਚਾ ਵਾ ਉਹਦੇ ਮਨ ਦੇ ਉੱਤੇ ਕੋਈ ਸਟ੍ਰੈਸ ਨਾ ਰਹੇ। ਜਦੋਂ ਬੱਚੇ ਦੇ ਮਨ ਦੇ ਉੱਤੇ ਕੋਈ ਸਟ੍ਰੈਸ ਨਹੀਂ ਰਹੂਗਾ,
ਉਸੇ ਰਾਤ ਕੀ ਹੁੰਦਾ ਸੁਹਾਗ ਰਾਤ, ਉਹ ਤਾਂ ਹੁੰਦਾ ਤਾਂ ਕਿ ਸਟ੍ਰੈਸ ਫਰੀ ਆ, ਸਰੀਰ ਦੇ ਅੰਦਰ ਚੰਗੀ ਖੁਰਾਕ ਗਈ ਹੋਈ ਆ, ਮਨ ਖੁਸ਼ ਆ, ਤਾਂ ਕਿ ਗ੍ਰਸਤ ਚੰਗਾ ਹੋ ਸਕੇ। ਔਰ ਅੱਗੇ ਰਿਵਾਜ਼ ਹੁੰਦਾ ਸੀਗਾ ਵੀ ਹੁਣ ਵਿਆਹ ਕੀਤਾ ਅਤੇ ਅਗਲੀ ਲੋਹੜੀ 'ਤੇ ਅਸੀਂ ਜਵਾਕ ਦੀ ਲੋਹੜੀ ਬਣਾਵਾਂਗੇ। ਇਹ ਬਹੁਤ ਜ਼ਿਆਦਾ ਕੰਪੈਕਟ ਕਰ ਲਿਆ। ਹੁਣ ਤਾਂ ਜਿਹੜੇ ਹਾਲਾਤ ਚੱਲ ਰਹੇ ਨੇ ਯੋਧਾ ਜੀ, ਬੜੀ ਮਾਜਰਤ ਨਾਲ, ਨਾ ਸਿਰਫ ਪੰਜਾਬ ਸਗੋਂ ਪੂਰੀ ਦੁਨੀਆਂ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ ਕਿ ਲੋਕ ਬੱਚਿਆਂ ਨੂੰ ਤਰਸ ਰਹੇ ਨੇ, ਬੱਚਾ ਨਹੀਂ ਹੋ ਰਿਹਾ। 10-10 ਸਾਲ ਹੋ ਗਏ, ਹਰੇਕ ਲੋਹੜੀ 'ਤੇ ਸੋਚਦੇ ਹੀ ਨੇ ਕਿ ਅਗਲੀ ਲੋਹੜੀ 'ਤੇ ਪਰਮਾਤਮਾ ਬਖਸ਼ੇਗਾ, ਅਗਲੀ ਲੋਹੜੀ 'ਤੇ ਪਰਮਾਤਮਾ ਬਖਸ਼ੇਗਾ, ਅਗਲੀ ਲੋਹੜੀ 'ਤੇ ਪਰਮਾਤਮਾ ਬਖਸ਼ੇਗਾ, ਅਤੇ ਉਹਨਾਂ ਨੂੰ 20-20 ਸਾਲ ਹੋ ਗਏ। ਅਤੇ ਫਿਰ ਤੁਹਾਡੇ ਵਾਲਾ ਨੁਸਖਾ, ਤੁਹਾਡੇ ਵਾਲਾ ਫਾਰਮੂਲਾ ਜਿਹੜਾ ਤੁਸੀਂ ਅੱਜ ਦੱਸਣ ਜਾ ਰਹੇ ਹੋ, ਉਹਨਾਂ ਨਾਲ ਫਰਕ ਪਏਗਾ? ਪਹਿਲੀ ਚੀਜ਼ ਜਿਹੜੀ ਮਾਨਸਿਕਤਾ ਦੇ ਵਿੱਚ ਆਪਾਂ ਨੂੰ ਸਮਝਣ ਦੀ ਲੋੜ ਆ, ਉਹ ਇਹੀ ਆ, ਤੁਸੀਂ ਪਲੈਨਿੰਗ ਵਾਲੇ ਚੱਕਰਾਂ 'ਚ ਨਾ ਆਪੋ। ਕੁਦਰਤ ਦੀ ਜੋ ਦੇਣ ਆ, ਕੁਦਰਤ ਨੇ ਆਪਦੇ ਟਾਈਮ ਹੇਠਾਂ ਦੇ ਦੇਣੀ ਆ। ਪਰ ਅਸੀਂ ਤਾਂ ਰੱਬ ਬਣ ਜਾਂਦੇ ਹਾਂ ਜੀ, ਅਸੀਂ ਕਹਿੰਦੇ ਵੀ ਇਸ ਵਾਰ ਤਾਂ ਹਜੇ ਸਾਨੂੰ ਤਾਂ ਸਾਡਾ ਤਾਂ ਇੰਜੋਏ ਕਰਨ ਦਾ ਟਾਈਮ ਹੈ। ਤਾਂ ਹੀ ਤੁਸੀਂ ਪੋਸਟਰ ਦੇਖਦੇ ਹੋ ਜੀ, ਜਿਹੜੇ ਬੰਦੇ ਰੱਬ ਬਣੇ ਨੇ ਵੀ ਨਹੀਂ ਜੀ ਅਸੀਂ ਤਾਂ ਪਤਾ ਨਹੀਂ ਕੀ ਖੱਬੀ ਖਾਨ ਆ, ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਫਿਰ ਉਹ ਪੋਸਟਰ ਦੇਖ ਕੇ ਕਿਉਂ ਟੈਨਸ਼ਨ 'ਚ ਆਉਂਦੇ ਵੀ ਮੈਨੂੰ ਕੋਈ ਦਿੱਕਤ ਤਾਂ ਨਹੀਂ। ਜੇ ਉਹ ਖੱਬੀ ਖਾਨ ਨੇ, ਉਹਨਾਂ ਨੂੰ ਕੌਨਫੀਡੈਂਸ ਆਪਦੇ ਆਪ 'ਤੇ, ਫਿਰ ਉਹ ਪੋਸਟਰ ਦੇਖ ਕੇ ਕਹਿਣ ਯਾਰ ਵੀ ਕੀ ਜਲੂਸ ਕੱਢਿਆ ਪੰਜਾਬ ਦਾ ਆਪਣੇ ਦਾ। ਬਟ ਉਹ ਟੈਨਸ਼ਨ 'ਚ ਆ ਜਾਂਦੇ ਨੇ ਉਸ ਚੀਜ਼ਾਂ ਨੂੰ ਦੇਖ ਕੇ। ਸਾਡੇ ਕੋਲ ਪੇਸ਼ੈਂਟ ਆਉਂਦੇ ਆ, 24 ਸਾਲ ਦਾ ਲੜਕਾ ਆਉਂਦਾ, 25 ਸਾਲ ਦੇ ਲੜਕੇ ਆਉਂਦੇ ਆ, ਉਹ ਕਹਿੰਦੇ ਆ 3 ਮਹੀਨੇ ਬਾਅਦ ਸਾਡਾ ਵਿਆਹ। ਔਰ ਇਹਦੇ ਪਿੱਛੇ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਕਾਰਨ ਇਹ ਵੀ ਆ, ਜਿਹੜੀਆਂ ਅਡਲਟ ਮੂਵੀਜ਼ ਬੱਚੇ ਦੇਖ ਰਹੇ ਨੇ ਤਾਂ ਬਹੁਤ ਸਾਰੇ ਪੇਸ਼ੈਂਟਾਂ ਦੇ ਦਿਮਾਗ ਦੇ ਵਿੱਚ ਇਹੀ ਆ ਵੀ ਜੇ ਮੈਂ ਕੁਛ ਖਾ ਲੂੰਗਾ, ਫੀਮ ਖਾ ਲੂੰਗਾ, ਡੋਡੇ ਖਾ ਲੂੰਗਾ, ਸਮੈਕ, ਚਿੱਟਾ, ਵਾਇਗਰਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਲੂੰਗਾ ਤਾਂ ਉਹਦੇ ਨਾਲ ਮੇਰੀ ਜਿਹੜੀ ਗ੍ਰਸਤੀ ਜੀਵਨ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਉਹ ਇੰਪਰੂਵ ਹੋ ਜੂਗੀ। ਪਰ ਮੇਰਾ ਮਸਲਾ ਤਾਂ ਇਹ ਆ, ਮੈਂ ਤੁਹਾਨੂੰ ਸਵਾਲ ਤਾਂ ਇਹ ਪੁੱਛਦਾ ਵਾਂ, ਉਹਨਾਂ ਚੀਜ਼ਾਂ ਦੇ ਸਹਾਰੇ ਚੱਲੋਗੇ ਕਿੰਨਾ ਦਿਨ? ਤਾਂ ਤੁਹਾਡੀ ਮਾਨਸਿਕਤਾ ਕਿੰਨੀ ਤਿਆਰ ਹੋ ਗਈ ਵੀ ਜਿੱਦੇ ਤੁਸੀਂ ਕੁਛ ਨਾ ਖਾਧਾ ਹੋਇਆ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਜਾਣੀ? ਔਰ ਅਸੀਂ ਹੱਥਾਂ ਪੈਰਾਂ ਦੀ ਪੈਂਦੇ ਹੋਏ ਲੋਕ ਦੇਖੇ ਨੇ, ਇਹ ਸੱਚਾਈ ਆ। ਉਹਦਾ ਹੱਲ ਕੀ ਹੈ ਜੀ? ਹੱਲ ਇੱਕੋ ਇੱਕ ਆ, ਤੁਸੀਂ ਪਹਿਲੀ ਗੱਲ ਪਲੈਨਿੰਗ ਨਾ ਕਰੋ, ਆਪਦੀ ਡਾਇਟ ਨੂੰ ਚੰਗਾ ਰੱਖੋ। ਜਦੋਂ ਤੁਸੀਂ ਚੰਗੀ ਡਾਇਟ ਖਾਓਗੇ, ਪਰਮਾਤਮਾ 'ਤੇ ਵਿਸ਼ਵਾਸ ਰੱਖੋ, ਕੋਈ ਵੀ ਤੁਹਾਨੂੰ ਬੰਦਾ ਨੈਗੇਟਿਵ ਕਰਦਾ ਪੋਜ਼ਿਟਿਵ ਕਰਦਾ, ਬੈਲੈਂਸ ਰਹੋ। ਪਰ ਅੱਜ ਕੱਲ੍ਹ ਤਾਂ ਜਿਹੜਾ ਹਾਲਾਤ ਆ ਇਹ ਨੇ, ਜਿਹੜੇ ਮੁੰਡੇ ਹੈਗੇ ਨੇ ਉਹ ਵਿਆਹ ਤੋਂ ਪਹਿਲਾਂ ਹੀ ਤਜਰਬੇ ਬਹੁਤ ਕਰ ਚੁੱਕੇ ਹੁੰਦੇ ਨੇ। ਕਿਉਂ? ਸਾਡੇ ਬਜ਼ੁਰਗ 18-19 ਸਾਲ ਦੇ ਵਿੱਚ ਵਿਆਹ ਕਰ ਦਿੰਦੇ ਸੀਗੇ, ਤਾਂ ਕਿ ਇਦੋਂ ਪਹਿਲਾਂ ਕਿ ਇਹਨੂੰ ਕੋਈ ਹੋਰ ਟੱਕਰ ਜੇ, ਜਿਹੜੇ ਇਹਦੇ ਮਨ 'ਚ ਕੀੜਾ ਇਹੋ ਜਿਹਾ ਪਾ ਦੇ ਜਿਹਦੀ ਦਵਾਈ ਵੈਦ ਹਕੀਮ ਨਹੀਂ ਦੇ ਸਕਦੇ। ਉਹ ਕੀੜੇ ਦੀ ਦਵਾਈ ਕੋਈ ਨਹੀਂ ਹੈਗੀ। ਤੁਸੀਂ ਇੱਕ ਗੱਲ, ਮੈਂ ਤੁਹਾਡੀ ਵੀਡੀਓ ਦੇਖੀ ਸੀ, ਤੁਸੀਂ ਇੱਕ ਗੱਲ ਕਰਦੇ ਸੀ ਕਿ ਆਪਣੇ ਤੋਂ ਵੱਧ ਉਮਰ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਜਾਂ ਕੁੜੀਆਂ ਹੈਗੀਆਂ ਨੇ ਮੁੰਡਿਆਂ ਦੇ ਮੁਕਾਬਲੇ, ਅਤੇ ਉਹਨਾਂ ਨਾਲ ਬੜਾ ਮਾੜਾ ਤਜਰਬਾ ਹੁੰਦਾ ਫਿਰ ਮੁੰਡਿਆਂ ਦਾ ਔਰ ਕੁੜੀਆਂ ਦਾ ਵੀ? ਦੇਖੋ ਜੀ, ਇਹ ਕੁਦਰਤੀ ਨਿਯਮ ਆ, ਔਰ ਆਪਾਂ ਕੀ ਤੋਂ ਸਿੱਖਦੇ ਹਾਂ? ਆਪਦੇ ਬਜ਼ੁਰਗਾਂ ਤੋਂ ਸਿੱਖਦੇ ਹਾਂ। ਸਾਡੇ ਬਜ਼ੁਰਗ ਕੀ ਕਰਦੇ ਹੁੰਦੇ ਸੀਗੇ, ਜਦੋਂ ਕੁੜੀ ਨੇ ਹੋ ਜਾਣਾ 16-17 ਸਾਲ ਦੀ ਕੁੜੀ ਨੇ ਹੋ ਜਾਣਾ ਅਤੇ ਮੁੰਡੇ ਨੇ 18-19 ਸਾਲ ਦੇ ਹੋ ਜਾਣਾ, ਜਦੀ ਉਹਨਾਂ ਨੂੰ ਵਿਆਹ ਦੇਣਾ, ਮੁੰਡੇ ਤੋਂ ਕੁੜੀ ਹਮੇਸ਼ਾ ਹੀ ਛੋਟੀ ਦੇਖੀ ਜਾਂਦੀ ਸੀਗੀ ਜਦੋਂ ਬਜ਼ੁਰਗ ਕਰਦੇ ਸੀਗੇ। ਹੁਣ ਹਾਲਾਤ ਕੀ ਹੋ ਗਏ, ਅਸੀਂ ਸਾਰਾ ਕੁਛ ਆਪਦੇ ਹੱਥ 'ਚ ਲੈ ਲਿਆ, ਹੱਥ 'ਚ ਆਪਦੇ ਇਹ ਲੈ ਲਿਆ ਵੀ ਜਿਹੜੀ ਮੈਰਿਡ ਲੇਡੀ ਆ ਉਹ ਨੌਜਵਾਨ 21-22 ਸਾਲ ਦੇ ਬੰਦੇ ਨਾਲ ਗ੍ਰਸਤ ਕਰ ਰਹੀ ਆ। ਜਦੋਂ ਉਹ ਇੱਕ ਮੈਰਿਡ ਲੇਡੀ ਜਿਹਦੇ ਹਾਰਮੋਨਸ ਆਪਦੇ ਹਸਬੈਂਡ ਨਾਲ ਚੇਂਜ ਹੋਏ ਨੇ, 35 ਸਾਲ ਦੀ ਲੇਡੀ ਆ, 22 ਸਾਲ ਦਾ ਮੁੰਡਾ ਵਾ, ਦੋਨੇ ਗ੍ਰਸਤ ਕਰ ਰਹੇ ਨੇ, ਲੇਡੀ ਜਵਾਨ ਹੋਈ ਚੱਲੂਗੀ, ਮੁੰਡਾ ਕਮਜ਼ੋਰ ਹੋਈ ਚੱਲੂਗਾ, ਇਹਦੇ ਪਿੱਛੇ ਕੁਦਰਤ ਦਾ ਇੰਨਾ ਛੋਟਾ ਜਿਹਾ ਨਿਯਮ ਆ, ਅਗਰ ਸਮਝ ਆ ਜੇ ਤਾਂ ਪਰਮਾਤਮਾ 'ਤੇ ਆ ਗਿਆ, ਅਗਰ ਨਾ ਸਮਝ ਆਵੇ ਤਾਂ ਪਰਮਾਤਮਾ ਮੂਹਰੇ ਖੜ੍ਹਾ, ਪਰ ਤੁਸੀਂ ਨਹੀਂ ਸਮਝਣਾ। ਉਹ ਇਹ ਆ ਵੀ ਜਿਹੜੀ ਵੱਡੀ ਮੱਛੀ ਆ
ਉਹ ਛੋਟੀ ਮੱਛੀ ਨੂੰ ਕਦੇ ਨਹੀਂ ਛੱਡੂਗੀ। ਇਹ ਕੁਦਰਤੀ ਨਿਯਮ ਆ। ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੀ ਉਹ 35 ਸਾਲ ਦੀ ਲੇਡੀ ਆ ਉਹ ਗਲਤ ਆ, ਨਹੀਂ। ਉਹ ਜਿਹੜੀ 35 ਸਾਲ ਦੀ ਲੇਡੀ ਆ ਉਹਦੇ ਹਾਰਮੋਨਸ ਇਸ ਸਟੇਜ ਦੇ ਉੱਤੇ ਨੇ, ਉਹਦੇ ਹਾਰਮੋਨਸ ਜਿਹੜੇ ਉਹਦੇ ਵੱਜ ਆ, ਜਿਹੜੇ ਉਹਦੇ ਗ੍ਰਸਤੀ ਜੀਵਨ ਆ ਉਹ ਇਸ ਪੀਕ ਦੇ ਉੱਤੇ ਆ ਵੀ ਉਹਨੂੰ ਜੇ ਕੋਈ ਯੰਗ ਬਲੱਡ ਮਿਲੂਗਾ ਤਾਂ ਉਹਨੂੰ ਨਿਚੋੜ ਦੂ। ਕਿਉਂ ਸਾਡੇ ਪੰਜਾਬ ਦੇ ਵਿੱਚ ਐਕਟ ਮੋਰਟੈਲਿਟੀ ਦੇ ਇੰਨੇ ਪੇਸ਼ੈਂਟ ਨੇ? ਇਹਦਾ ਕੁਛ ਤਾਂ ਕਾਰਨ ਹੋਏਗਾ। ਔਰ ਜਿਹੜੀ ਉਹ ਲੇਡੀ 35-40 ਸਾਲ ਦੀ ਹੈਗੀ ਆ, ਉਹਨਾਂ ਦੀ ਕਰੇਵਿੰਗ ਕਦੇ ਨਹੀਂ ਮੁੱਕਣ ਵਾਲੀ, ਉਹਨਾਂ ਦੀ ਚਾਹਤ ਕਦੇ ਨਹੀਂ ਮੁੱਕਣ ਵਾਲੀ। ਬਹੁਤ ਸਾਰੇ ਇਸ ਤਰ੍ਹਾਂ ਦੀ ਜਿਹੜੀ, ਔਰ ਉਹ ਜਿਹੜੀ ਤੁਹਾਡੇ ਕੋਲ ਮਾਮਲੇ ਆਉਂਦੇ ਨੇ, ਸਾਡੇ ਕੋਲ ਸਰ ਇਸ ਤਰ੍ਹਾਂ ਦੇ ਇੰਨੇ ਕੁ ਮਾਮਲੇ ਆਉਂਦੇ ਨੇ ਵੀ ਆਪਾਂ ਕਈ ਵਾਰੀ ਆਪ ਸੁਣ ਕੇ ਹੈਰਾਨ ਹੋ ਜਾਈਦਾ। ਅਤੇ ਫਿਰ ਹੱਲ ਕੀ ਦੱਸਦੇ ਹੋ ਤੁਸੀਂ? ਹੱਲ ਉਹਨਾਂ ਨੂੰ ਇੱਕੋ ਇੱਕ ਦੱਸਦੇ ਹਾਂ ਵੀ ਦੇਖੋ ਜੀ, ਪਹਿਲੀ ਗੱਲ, ਜੀਵਨ ਦੇ ਵਿੱਚ ਆਹ 2-3 ਚੀਜ਼ਾਂ ਤਾਂ ਤੁਸੀਂ ਆਪਦੀਆਂ ਕੱਟ ਡਾਊਨ ਕਰ ਦਿਓ। ਜਿਵੇਂ ਕਿ ਜੇ ਤੁਸੀਂ ਆਪਦੀ ਉਮਰ ਤੋਂ ਵੱਡੀ ਲੇਡੀ ਨਾਲ ਗ੍ਰਸਤ ਕਰੋਗੇ, ਤੁਹਾਡੀ ਸਪਰਮ ਕੁਆਲਿਟੀ ਵੀ ਘਟੂਗੀ, ਤੁਹਾਡੀ ਐਕਟਿਵ ਮੋਰਟੈਲਿਟੀ ਵੀ ਘਟੂਗੀ, ਤੁਹਾਡੀ ਓਵਰਆਲ ਡਿਵੈਲਪਮੈਂਟ ਦੇ ਵਿੱਚ ਫਰਕ ਆਊਗਾ। ਇਹ ਅਸੂਲ ਹੈ, ਠੀਕ ਹੈ ਜੀ? ਕੁਦਰਤੀ ਨਿਯਮ ਆ, ਵੱਡੀ ਮੱਛੀ ਛੋਟੀ ਮੱਛੀ ਨੂੰ ਖਾਊਗੀ ਖਾਊਗੀ, ਠੀਕ ਹੈ ਜੀ? ਦੂਸਰਾ, ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਹਾਂ ਜਿਹੜੀ ਤੁਸੀਂ ਹੱਥ ਰੱਸੀ ਕਰਦੇ ਹੋ, ਉਹਨਾਂ ਨੂੰ ਦੇਖ ਦੇਖ, ਤੁਸੀਂ ਫਿਜ਼ੀਕਲੀ ਗ੍ਰਸਤ ਨਹੀਂ ਕੀਤਾ ਪਰ ਤੁਹਾਡੇ ਮਨ ਦੇ ਅੰਦਰ ਹਾਰਮੋਨਸ ਉਹ ਜਿਹੇ ਰਿਲੀਜ਼ ਹੋਣ ਲੱਗ ਗਏ, ਤੁਹਾਡਾ ਸਰੀਰ ਆਦੀ ਹੋ ਜਾਂਦਾ, ਬਿਨਾਂ ਗ੍ਰਸਤ ਕੀਤੇ ਡਿਸਚਾਰਜ ਕਰੀ ਜਾ ਰਹੇ ਨੇ, ਨਾਈਟਫਾਲ ਦੀ ਪ੍ਰੋਬਲਮ, ਡਰੋਪਿੰਗ ਦੀ ਪ੍ਰੋਬਲਮ। ਔਰ ਇਹਨਾਂ ਦੇ ਵਿੱਚ ਸਭ ਤੋਂ ਜਿਹੜੀ ਮੇਨ ਜੜ ਆ ਉਹ ਹੈਗਾ ਵਾ ਤੁਹਾਡਾ ਲੀਵਰ। ਜਦੋਂ ਤੱਕ ਤੁਹਾਡਾ ਲੀਵਰ ਨਹੀਂ ਠੀਕ, ਤੁਸੀਂ ਇਹ ਚੀਜ਼ ਲਿਖ ਕੇ ਲੈ ਲਓ, ਤੁਸੀਂ ਇਹ ਚੀਜ਼ ਲਿਖ ਕੇ ਸਮਝ ਲਓ। ਸਮਝ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਸਮਝ ਸਕਦੇ ਤਾਂ ਰੱਬ ਰਾਖਾ। ਵੀ ਜਦੋਂ ਤੁਹਾਡਾ ਲੀਵਰ ਨਹੀਂ ਠੀਕ ਨਾ, ਤੁਹਾਡੀ ਗ੍ਰਸਤੀ ਜੀਵਨ ਦੇ ਅੰਦਰ ਪ੍ਰੋਬਲਮ ਆਉਣੀ ਹੀ ਆਉਣੀ ਆ। ਔਰ ਇਕੱਲੇ ਗ੍ਰਸਤੀ ਦੇ ਅੰਦਰ ਨਹੀਂ, ਤੁਹਾਡੇ ਯੂਰਿਕ ਐਸਿਡ ਵੀ ਵਧਣਾ, ਤੁਹਾਡੇ ਫੈਟੀ ਲੀਵਰ ਤਾਂ ਹੋ ਹੀ ਗਿਆ, ਉਸ ਤੋਂ ਬਾਅਦ ਤੁਹਾਡੇ ਸਰੀਰ ਦੇ ਉੱਤੇ ਮੋਟਾਪਾ ਵੀ ਆਉਣ ਲੱਗ ਜਾਣਾ, ਆਲਸ ਵੀ ਆਉਣ ਲੱਗ ਜਾਣਾ, ਪੁਰਾਣੇ ਟਰੈਕਟਰ ਵਰਗੇ ਹੋ ਜਾਊਗੇ ਵੀ ਹੌਲੀ ਹੌਲੀ ਰੈਲੇ ਹੋਣ ਵਾਲਾ ਕੰਮ ਹੋ ਜੂਗਾ। ਵੈਦ ਜੀ, ਅਤੇ ਦਹੀਂ ਦੱਸੀ ਜਾ ਰਹੇ ਸੀ, ਗੁੜ ਦੱਸ ਰਹੇ ਸੀ, ਵੀ ਮੈਨੂੰ ਤਾਂ ਪਤਾ ਲੱਗਿਆ ਕਿ ਤੁਸੀਂ ਦੱਸ ਰਹੇ ਸੀ ਕਿ ਗੁੜ ਅਤੇ ਸ਼ੱਕਰ ਔਰ ਦਹੀਂ ਦਾ ਬੜਾ ਜ਼ਬਰਦਸਤ ਸੁਮੇਲ ਹੈਗਾ, ਫਿਰ ਇਹ ਕੀ ਹੁੰਦਾ ਅਤੇ ਇਹ ਕੀ ਚੀਜ਼ ਰੱਖੀ ਹੋਈ ਤੁਸੀਂ? ਇਹਦਾ ਸਿੱਧਾ ਸਿੱਧਾ ਲਿੰਕ ਜੀ ਤੁਹਾਡੇ ਸਟ੍ਰੈਸ ਨਾਲ, ਤੁਹਾਡੇ ਲੀਵਰ ਨਾਲ। ਜਦੋਂ ਤੁਸੀਂ ਵੀ ਇਸੀ ਸਮਾਜ 'ਚੋਂ, ਮੈਂ ਵੀ ਇਸੀ ਸਮਾਜ 'ਚ, ਜਦੋਂ ਬੱਚੇ ਦਾ ਪੇਪਰ ਹੁੰਦਾ, ਮਾਤਾ ਕੀ ਕਰਦੀ ਆ, ਦਹੀਂ ਦੇ ਨਾਲ ਸ਼ੱਕਰ ਰਲਾ ਕੇ ਜਵਾਕ ਨੂੰ ਖਵਾਉਂਦੇ ਹੁੰਦੇ ਆ, ਉਹਦਾ ਕਾਰਨ ਕੀ ਆ? ਦਹੀਂ ਦੇ ਅੰਦਰ ਕੁਛ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੇ, ਕੁਛ ਇਸ ਤਰ੍ਹਾਂ ਦੇ ਉਹਦੇ ਅੰਦਰ ਕਣ ਨੇ ਜਿਹੜਾ ਤੁਹਾਡਾ ਸਟ੍ਰੈਸ ਨੂੰ ਡਾਊਨ ਕਰ ਸਕਦੇ ਆ, ਜਿਹੜੇ ਐਂਟੀ ਡਿਪਰੈਸੈਂਟ ਵਾਂਗੂ ਕੰਮ ਕਰਦੇ ਆ। ਦਹੀਂ ਦੇ ਅੰਦਰ ਕੁਛ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਨੇ ਜਿਹੜੇ ਤੁਹਾਡੇ ਫੈਟੀ ਲੀਵਰ ਨੂੰ ਨੋਰਮਲ ਕਰ ਸਕਦੇ ਆ। ਤੁਸੀਂ ਪੇਪਰ ਦੇਣ ਬੈਠੇ ਹੋ, ਤੁਸੀਂ ਕਹਿ ਰਹੇ ਹੋ ਕਿ ਦਹੀਂ ਨਾਲ ਜਿਹੜਾ ਤੁਹਾਡਾ ਲੀਵਰ ਹੈ ਪਹਿਲੀ ਸਟੇਜਾਂ ਦੇ ਉੱਤੇ ਅਗਰ ਹੈਗਾ ਤਾਂ ਉਹ ਡੀਟੌਕਸ ਹੋ ਜਾਏਗਾ? ਸਰ ਬਿਲਕੁਲ ਹੋ ਜਾਏਗਾ। ਔਰ ਸਭ ਤੋਂ ਵੱਡੀ ਗਲਤੀ ਅਸੀਂ ਪਤਾ ਕੀ ਕਰਦੇ ਹਾਂ, ਰਾਤ ਨੂੰ ਦਹੀਂ ਖਾਂਦੇ ਹਾਂ। ਰਾਤ ਨੂੰ ਦਹੀਂ ਖਾ ਕੇ ਸੌਂਗੇ, ਤੁਹਾਨੂੰ ਨਾਈਟਫਾਲ ਦੀ ਪ੍ਰੋਬਲਮ ਆਊਗੀ। ਲੋਕ ਕਹਿੰਦੇ ਇਹਦੀ ਤਸੀਰ ਤਾਂ ਠੰਡੀ ਆ, ਤਾਂ ਰਾਤ ਨੂੰ ਖਾਣ ਨਾਲ ਨਾਈਟਫਾਲ ਕਿਉਂ ਹੋ ਗਿਆ? ਤਾਂ ਮੇਰੇ ਕਹਿਣ ਦੇ ਉੱਤੇ ਤੁਸੀਂ ਕਰਕੇ ਦੇਖ ਲਓ, ਪ੍ਰੈਕਟੀਕਲ ਕਰਕੇ ਦੇਖੋ, ਇੱਕ ਹਫ਼ਤਾ ਕਰਕੇ ਦੇਖੋ, ਤੁਹਾਨੂੰ ਆਪੇ ਰਿਜ਼ਲਟ ਸਾਹਮਣੇ ਆ ਜਾਣਾ। ਜਿਹੜੇ ਲੋਕ ਰਾਤ ਨੂੰ ਦਹੀਂ ਖਾਂਦੇ ਉਹ ਨਾ ਖਾਣ, ਸਵੇਰੇ ਉੱਠ ਕੇ ਤੁਸੀਂ, ਆਪਾਂ ਬਣਾ ਕੇ ਵੀ ਦਿਖਾ ਦਿੰਦੇ ਹਾਂ ਜੀ ਜੀ, ਆਹ ਤੁਸੀਂ ਦੇਖੋ ਕਿੰਨੀ ਦਹੀਂ ਕਿੰਨੀ ਲੈਣੀ ਜੀ ਫੈਟੀ ਲੀਵਰ ਵਾਲਿਆਂ ਨੇ ਜਿਨ੍ਹਾਂ ਨੂੰ ਕਮਜ਼ੋਰੀ ਹੈਗੀ ਹੈ? ਇੱਕ ਕੌਲੀ, ਇੱਕ ਕਟੋਰੀ, ਇੱਕ ਬਾਟੀ ਜਿੰਨੀ ਖਾ ਸਕਦੇ ਹੋ, ਇਹ ਰਾਮਬਾਣ ਆ ਜੀ, ਇਹ ਕੁਦਰਤ ਨੇ ਬਖਸ਼ਿਆ ਹੋਇਆ ਬਾਲਾ। ਇਹਦੇ ਵਿੱਚ ਕੋਈ ਕੰਜੂਸੀ ਕਰਨ ਦੀ ਲੋੜ ਨਹੀਂ। ਬਹੁਤ ਸਾਰੇ ਇਸ ਤਰ੍ਹਾਂ ਦੇ ਮਰੀਜ਼ ਨੇ ਜਿਨ੍ਹਾਂ ਦੀ IVF
ਜਾਂ ਜਿਨ੍ਹਾਂ ਦੀ ਆਪਾਂ ਕਹਿ ਦਿੰਦੇ ਅਲਸਰੇਟਿਵ ਕੋਲਾਈਟਿਸ ਦੀ ਪ੍ਰੋਬਲਮ ਹੁੰਦੀ ਆ, ਉਹਦੇ ਵਿੱਚ ਵੀ ਦਹੀਂ ਕਾਰੀਗਰ ਮੰਨਿਆ ਗਿਆ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਆ ਉਹਦੇ ਵਿੱਚ ਵੀ ਇਹ ਕਾਰੀਗਰ ਮੰਨਿਆ ਗਿਆ, ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਾਸਤੇ ਵੀ ਕਾਰੀਗਰ ਮੰਨਿਆ। ਪ੍ਰੋਬਲਮ ਕਈ ਸੋਲਵ ਕਰ ਦਿੰਦਾ, ਪਰ ਮਸਲਾ ਇਹ ਆ ਅਸੀਂ ਇਹਨਾਂ ਚੀਜ਼ਾਂ ਦੀ ਕਦਰ ਬਹੁਤ ਘੱਟ ਕਰਦੇ ਹਾਂ। ਕਿਉਂ? ਸਾਡੇ ਕੋਲ ਬੜੇ ਆਰਾਮ ਨਾਲ ਅਵੇਲੇਬਲ ਆ। ਗ੍ਰਸਤੀ ਵਾਲੇ ਪਾਸੇ ਕੀ ਕਰੂਗੀ ਇਹਦੇ? ਸਰ, ਜਦੋਂ ਤੁਹਾਡੇ ਮਾਈਂਡ ਦਾ ਸਟ੍ਰੈਸ ਘੱਟ ਗਿਆ, ਤੁਹਾਡੇ ਓਵਰਆਲ ਸਰੀਰ ਦੇ ਵਿੱਚ ਸਟ੍ਰੈਸ ਘੱਟ ਗਿਆ, ਤੁਹਾਡੀ ਲੀਵਰ ਦੇ ਵਿੱਚ ਜਿਹੜਾ ਐਸਿਡ ਆ, ਤੁਸੀਂ ਇੱਕ ਗੱਲ ਸੋਚ ਕੇ ਦੇਖੋ, ਇੱਕ ਉਦਾਹਰਣ ਆਪਾਂ ਉਦਾਹਰਣ ਦੇ ਵਿਆਹ 'ਤੇ ਗੱਲ ਕਰਦੇ ਹਾਂ, ਤੁਸੀਂ ਗ੍ਰਸਤ ਕਰਨ ਲੱਗੇ ਹੋ ਅਤੇ ਮੂੰਹ 'ਚੋਂ ਤੁਹਾਡੇ ਟਕਾਰ ਨਿਕਲ ਹੀ ਜਾਂਦੇ ਆ, ਕੀ ਤੁਹਾਨੂੰ ਲੱਗਦਾ ਵੀ ਤੁਹਾਡਾ ਸਾਰਾ ਦਾ ਸਾਰਾ ਫੋਕਸ, ਤੁਹਾਡੀ ਸਾਰੇ ਸਰੀਰ ਦੀ ਐਨਰਜੀ ਤੁਹਾਡੇ ਲਿੰਗ ਦੇ ਉੱਤੇ ਆ? ਤੁਹਾਨੂੰ ਲੱਗਦਾ ਇਸ ਗੱਲ ਦਾ? ਤੁਹਾਡਾ ਸਰੀਰ ਤਾਂ ਹਜੇ ਵੀ ਤੁਹਾਡਾ ਖਾਣਾ ਹੀ ਪਹੁੰਚਾਉਣ 'ਤੇ ਲੱਗਿਆ ਹੋਇਆ। ਜਦੋਂ ਤੁਹਾਡਾ ਸਰੀਰ ਹਜੇ ਖਾਣਾ ਪਹੁੰਚਾਉਣ 'ਤੇ ਲੱਗਿਆ ਹੋਇਆ, ਤੁਹਾਡਾ ਉਦੋਂ ਬਾਅਦ ਸਰੀਰ ਜਿੰਨਾ ਵੀ ਤੁਸੀਂ, ਔਰ ਇੱਕ ਹੋਰ ਗਲਤੀ ਅਸੀਂ ਕਰਦੇ ਹਾਂ, ਗ੍ਰਸਤ ਕਰਨ ਤੋਂ ਬਾਅਦ ਪਾਣੀ ਪੀ ਲੈਂਦੇ ਹਾਂ, ਪਸ ਸੈਲ ਬਹੁਤ ਜ਼ਿਆਦਾ ਵਧਣ ਲੱਗ ਜਾਂਦੇ ਉਹਦੇ ਨਾਲ, ਤੁਸੀਂ ਗਲਾ ਸੁੱਕ ਜਾਂਦਾ। ਸਰ, ਗਲਾ ਸੁੱਕਦਾ ਕਿਉਂਕਿ ਐਨਰਜੀ, ਇੱਕ ਵੋਲਕੈਨੋ ਇਰਪਸ਼ਨ ਹੋਇਆ ਵਾ, ਬਹੁਤ ਜ਼ਿਆਦਾ ਐਨਰਜੀ ਦਾ ਇੱਕ ਕਹਿ ਲਓ ਆਪਾਂ ਬ੍ਰਹਿਮੰਡ ਰਿਲੀਜ਼ ਕੀਤਾ ਵਾ, ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਇੱਕ ਸਿਮਨ ਦੇ ਅੰਦਰ, ਮਿਲੀਅਨਸ ਐਂਡ ਮਿਲੀਅਨਸ ਆਫ ਉਹਦੇ 'ਚ ਉਹ ਹੁੰਦੇ ਆ, ਸਪਰਮਸ ਹੁੰਦੇ ਆ। ਸੋ ਜਦੋਂ ਤੁਸੀਂ ਇੰਨੀ ਵੱਡੀ ਐਕਟੀਵਿਟੀ ਕਰਕੇ ਹਟੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਸਰੀਰ ਦੇ ਅੰਦਰ ਡੀਹਾਈਡਰੇਸ਼ਨ ਆਉਂਦੀ ਹੈ, ਤੁਹਾਡਾ ਸਰੀਰ ਪਾਣੀ ਮੰਗਦਾ, ਉਸ ਟਾਈਮ ਦੇ ਉੱਤੇ ਪਾਣੀ ਨਹੀਂ ਪੀਣਾ ਚਾਹੀਦਾ, ਦੁੱਧ ਪੀਣਾ ਚਾਹੀਦਾ। ਦੁੱਧ ਦੇ ਅੰਦਰ ਅਗਰ ਤੁਸੀਂ ਥੋੜ੍ਹੀ ਚੁਟਕੀ ਭਰ ਹਲਦੀ ਮਿਲਾ ਲਓ ਜਾਂ ਚੁਟਕੀ ਭਰ ਸ਼ੱਕਰ ਮਿਲਾ ਲਓ, ਉਹਨੂੰ ਘੋਲ ਕੇ ਪੀ ਲਓ, ਅਤੇ ਮੈਂ ਕਹਿੰਦਾ ਜੀ ਬਜ਼ੁਰਗ ਇਹ ਚੀਜ਼ਾਂ ਦੱਸਦੇ ਹੁੰਦੇ ਸੀ, ਕੁਛ ਤਾਂ ਉਹਨਾਂ ਦਾ ਦਿਮਾਗ ਚੱਲਦਾ ਸੀ, ਤਾਂ ਹੀ ਉਹ ਦੱਸਦੇ ਹੁੰਦੇ ਸੀਗੇ, ਕਿਉਂਕਿ ਉਹਦੇ ਨਾਲ ਇੱਕ ਤਾਂ ਤੁਹਾਡੀ ਤੇਹ ਮੁੱਕ ਗਈ, ਔਰ ਜਿਹੜੀ ਤੁਸੀਂ ਸਰੀਰ ਦੇ ਵਿੱਚੋਂ ਊਰਜਾ ਇੱਕੋਦਮ ਬਾਹਰ ਕੱਢੀ ਆ, ਉਹ ਇੱਕੋਦਮ ਰਿਲੈਕਸ ਹੋਣ ਦੇ ਵਿੱਚ ਮਦਦ ਕਰਦੀ ਆ, ਉਹਦੀ ਰਿਕਵਰੀ ਦੇ ਵਿੱਚ ਮਦਦ ਕਰਦੀ ਆ। ਅਤੇ ਫਿਰ ਇਹ ਨੁਸਖਾ ਕਿਵੇਂ ਅਸੀਂ ਇਸਤੇਮਾਲ ਕਰਨਾ? ਗੁੜ ਵਾਲਾ, ਸ਼ੱਕਰ ਵਾਲਾ, ਤੁਸੀਂ ਕਹਿੰਦੇ ਵੀ ਸਵੇਰੇ ਖਾਲੀ ਪੇਟ ਦਾ ਇਸਤੇਮਾਲ ਕਰਨਾ, ਸ਼ੱਕਰ ਵੀ ਰੱਖਿਆ ਤੁਸੀਂ, ਗੁੜ ਵੀ ਰੱਖਿਆ, ਇਹ ਕੀ ਕਾਰਨ ਹੈ? ਦੇਖੋ ਜੀ, ਗੁੜ ਜੇ ਤਾਂ ਸ਼ੱਕਰ ਆਪਾਂ ਤਾਂ ਰੱਖ ਲਈ, ਸਾਰੇ ਬੰਦੇ ਐਡਵਾਂਸ ਨੇ, ਹਰ ਬੰਦਾ ਕਹਿੰਦਾ ਜੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਅਸੀਂ ਗੁੜ ਦੇ ਨਾਲ ਦਹੀਂ ਖਾ ਸਕੀਏ। ਮੈਂ ਆਪਦਾ ਤਜਰਬਾ ਦੱਸ ਰਿਹਾ, ਮੈਂ ਕਈ ਲੋਕਾਂ ਨੂੰ ਪਹਿਲਾਂ ਵੀ ਰੈਕਮੈਂਡ ਕੀਤਾ ਤਾਂ ਉਹ ਕਹਿੰਦੇ ਜੀ ਗੁੜ ਦੇ ਬਜਾਏ ਜੇ ਸ਼ੱਕਰ ਖਾ ਲਈਏ ਤਾਂ ਠੀਕ ਆ। ਤੁਸੀਂ ਸ਼ੱਕਰ ਖਾ ਲਓ ਪਰ ਚਿੱਟੀ ਚੀਨੀ ਨਾ ਖਾਇਓ, ਕੈਂਸਰ ਦਾ ਘਰ ਆ ਚਿੱਟੀ ਚੀਨੀ, ਉਹਨੂੰ ਨਾ ਖਾਇਓ, ਸ਼ੱਕਰ ਜ਼ਰੂਰ ਖਾ ਸਕਦੇ ਹੋ। ਕਿੰਨੇ ਦਿਨ ਦਾ ਚੈਲੰਜ ਕਰਦੇ? ਪਿਛਲੀ ਵਾਰ ਤੁਸੀਂ 32 ਦਿਨਾਂ ਦਾ ਚੈਲੰਜ ਕੀਤਾ ਸੀ, ਇਸ ਵਾਰ ਕਿੰਨੇ ਦਿਨਾਂ ਦਾ ਚੈਲੰਜ? ਇਸ ਵਾਰੀ ਆਪਾਂ ਚੈਲੰਜ ਤੁਹਾਨੂੰ ਜ਼ਿਆਦਾ ਦਿਨ ਦਾ ਨਹੀਂ ਕਹਿੰਦੇ ਹੈਗੇ ਜੀ, ਤੁਸੀਂ 15 ਦਿਨ ਦਾ ਚੈਲੰਜ ਲੈ ਕੇ ਚੱਲੋ, ਅੱਧੇ ਮਹੀਨੇ ਦਾ। ਕੀ ਹੋਊਗਾ? ਤੁਸੀਂ ਕਰਕੇ ਤਾਂ ਦੇਖੋ, ਇਹ ਤਾਂ ਹੁਣ ਫਿਰ ਉਹੀ ਗੱਲ ਆ ਜਾਣੀ ਵੀ 15 ਦਿਨ ਬਾਅਦ ਤੁਸੀਂ ਕਮੈਂਟ ਥੱਲੇ ਆ ਕੇ ਲਿਖ ਕੇ ਦੱਸਣਾ ਵੀ ਕੀ ਫਰਕ ਪਿਆ। ਜਦੋਂ ਤੁਹਾਡੇ ਸਰੀਰ ਦੇ ਅੰਦਰ ਸਟ੍ਰੈਸ ਘੱਟ ਗਿਆ, ਤੁਹਾਡੇ ਸਾਰਾ ਦਿਨ ਸਰੀਰ ਦੇ ਅੰਦਰ ਊਰਜਾ ਰਹੂਗੀ, ਤੁਹਾਡੇ ਸਰੀਰ ਦੇ ਅੰਦਰ ਤਾਕਤ ਰਹੂਗੀ। ਫਿਰ ਇਹ ਕੀ ਚੀਜ਼ ਰੱਖੀ ਹੋਈ ਹੈ ਜੀ, ਇਹ ਕੀ ਚੀਜ਼ ਹੈ? ਇਹ ਸਰ, ਇਹ ਮੈਂ ਤੁਹਾਨੂੰ ਇਹ ਵੀ ਗੱਲ ਸਮਝਾਉਣਾ ਚਾਹੁੰਦਾ ਵਾ, ਸਾਰੀ ਆਡੀਅੰਸ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ, ਜਿਨ੍ਹਾਂ ਲੋਕਾਂ ਨੂੰ ਸਾਰਾ ਦਿਨ ਐਨਰਜੀ ਲੋ ਰਹਿੰਦੀ ਆ, ਉਹਨਾਂ ਲੋਕਾਂ ਵਾਸਤੇ ਆਰਾਮ ਬਾਣ ਇਹ ਜ਼ਰੂਰ ਵਰਤਣ। 15 ਦਿਨ ਦਾ ਚੈਲੰਜ ਹੈ, 15 ਦਿਨ ਕੈਲੰਡਰ ਲਾਓ, ਕੱਚੀ ਗੱਲ ਨਹੀਂ ਕਰਨੀ, ਤੁਸੀਂ ਕੈਲੰਡਰ ਲਾਓ, ਕੈਲੰਡਰ ਲਾ ਕੇ ਉਹਦੇ ਉੱਤੇ ਲਿਖੋ ਮੈਂ ਅੱਜ ਪਹਿਲੇ ਦਿਨ ਲਿਆ, ਦੂਸਰੇ ਦਿਨ ਲਿਆ, ਤੀਸਰੇ ਦਿਨ ਲਿਆ, ਔਰ ਬਲਕਿ ਪਹਿਲੇ ਦਿਨ ਲੈਣ ਤੋਂ ਬਾਅਦ ਤੁਹਾਨੂੰ ਕੀ ਅਸਰ ਲੱਗਿਆ, ਦੂਸਰੇ ਦਿਨ ਲੈਣ ਤੋਂ ਬਾਅਦ ਕੀ ਅਸਰ? ਖਾਲੀ ਪੇਟ, ਖਾਲੀ ਪੇਟ। ਰੋਜ਼ ਤੁਸੀਂ ਇਹਦੇ ਉੱਤੇ ਕਮੈਂਟ ਕਰੋ ਸਾਨੂੰ, ਰੋਜ਼ ਜਦੋਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋਗੇ, 15ਵੇਂ ਦਿਨ ਆਪਾਂ ਇੱਕ ਲਾਈਵ ਸੈਸ਼ਨ ਵੀ ਕਰ ਸਕਦੇ ਹਾਂ ਵੀ ਉਹਦੇ 'ਚ ਆਪਾਂ ਪੁੱਛ ਸਕਦੇ ਵੀ ਹਾਂਜੀ ਦੱਸੋ ਜੀ ਕੀ ਤੁਹਾਡਾ ਰਿਹਾ ਚੈਲੰਜ ਦਾ ਰਿਪਲਾਈ। ਫਿਰ ਆ ਜਾਂਦੇ ਉਹ ਲੋਕ ਜਿਨ੍ਹਾਂ ਲੋਕਾਂ ਦੇ ਅੰਦਰ ਫੈਟੀ ਲੀਵਰ ਦੀ ਪ੍ਰੋਬਲਮ ਆ, ਜਿਨ੍ਹਾਂ ਲੋਕਾਂ ਦੀ ਫੈਟੀ ਲੀਵਰ ਗ੍ਰੇਡ 1 ਅਲਸਰੇਟਿਵ ਕੋਲਾਈਟਿਸ, ਲੀਵਰ ਫਾਈਬਰੋਸਿਸ ਹੋ ਗਈਆਂ ਸਿਚੁਏਸ਼ਨਸ ਬਣ ਜਾਂਦੀਆਂ ਨੇ, ਸੋ ਉਹਨਾਂ ਲੋਕਾਂ ਵਾਸਤੇ ਉਹ ਇੱਕ ਨੁਕਤਾ ਬਣਦਾ ਵਾ, ਉਹ ਇੱਕ ਮੈਡੀਸਨ ਬਣਦੀ ਆ, ਉਹ ਇੱਕ ਦਵਾਈ ਬਣਦੀ ਆ। ਓਕੇ ਜੀ, ਇਹੀ ਹੈ ਜੀ ਉਹ ਚੀਜ਼? ਇਹੀ ਦਵਾਈ ਆ,
ਮੈਂ ਅੱਗੇ ਵੀ ਕਈ ਵਾਰੀ ਦਿਖਾਇਆ ਵਾ ਔਰ ਕਈ ਲੋਕਾਂ ਨੇ ਇਹਦਾ ਜਿਹੜਾ ਲਾਹਾ ਉਹ ਵੀ ਲਿਆ ਵਾ, ਮਹਾਰਾਜਾ ਸ਼ਾਹੀ ਸ਼ਰਬਤ। ਸਰ ਮੈਂ ਫਿਰ ਉਹੀ ਗੱਲ ਕਹਿੰਦਾ, ਆਪਦੀ ਫੈਮਿਲੀ ਦੇ ਵਿੱਚ ਮੈਂ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਵੇ ਲੀਵਰ ਰਿਲੇਟਡ, ਫੈਮਿਲੀ ਵੀ ਚਲੋ ਫਿਰ ਅੱਗੇ ਦੀ ਗੱਲ ਆ, ਮਤਲਬ ਇਹ ਜਿਹੜੇ ਸਟਾਫ ਆ ਮੇਰੇ ਕੋਲ ਜਿਹੜਾ ਸਟਾਫ ਆ, ਮੈਂ ਉਹਨਾਂ ਨਾਲ ਕਈ ਵਾਰੀ ਔਰ ਇਹ ਵੀਡੀਓ ਵੀ ਉਹਨਾਂ ਦੀ ਦੇਣ ਆ, ਮੈਂ ਆਪਦੇ ਸਟਾਫ ਨਾਲ ਇਸ ਤੋਂ ਪਹਿਲਾਂ ਇੱਕ ਵਾਰੀ ਡਿਸਕਸ ਕਰ ਰਿਹਾ ਸੀਗਾ, ਮੈਂ ਕਿਹਾ ਵੀ ਆਪਣੇ ਕੋਲ ਇਹੋ ਜਿਹੇ ਕਿੰਨੇ ਕੁ ਪੇਸ਼ੈਂਟ ਆਉਂਦੇ ਨੇ ਜਿਹੜੇ ਕਹਿੰਦੇ ਆ ਵੀ ਸਾਨੂੰ ਪ੍ਰੋਬਲਮ ਗ੍ਰਸਤੀ, ਸਾਨੂੰ ਪ੍ਰੋਬਲਮ ਸੀਗੀ ਪਰ ਤੁਸੀਂ ਦਵਾਈ ਸਾਨੂੰ ਲੀਵਰ ਦੇ ਦਿੱਤੀ। ਤਾਂ ਲੀਵਰ ਦੀ ਦਵਾਈ ਦੇ ਨਾਲ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਨੇ ਜਿਨ੍ਹਾਂ ਦੇ ਪਸਲ ਡਾਊਨ ਆਏ, ਕਿਉਂਕਿ ਲੀਵਰ ਦੇ ਅੰਦਰ ਐਸਿਡ ਬਣੀ ਜਾ ਰਿਹਾ, ਉਹ ਕਿਤੇ ਨਾ ਕਿਤੇ ਤਾਂ ਜਾ ਕੇ ਨੁਕਸਾਨ ਕਰੂਗਾ, ਠੀਕ ਹੈ। ਸੋ ਫੈਟੀ ਲੀਵਰ ਵੀ ਠੀਕ ਕਰਦਾ, ਯੂਰਿਕ ਐਸਿਡ ਵਿੱਚ ਵੀ ਇਹ ਮਦਦ ਕਰਦਾ, ਔਰ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਸ ਚੀਜ਼ ਦਾ ਲਾਹਾ ਲਿਆ। ਔਰ ਬਕਾਇਦਾ ਮੈਂ ਤੁਹਾਨੂੰ ਇੱਕ ਵੀਡੀਓ ਕਾਲ ਸੈਸ਼ਨ ਅਸੀਂ ਹੁਣ ਕਰਦੇ ਹੁੰਦੇ ਹਾਂ ਪੇਸ਼ੈਂਟਸ ਦੇ ਨਾਲ, ਮੈਂ ਤੁਹਾਨੂੰ ਉਹਦੀ ਕਲਿਪਸ ਵੀ ਦੇ ਸਕਦਾ, ਤੁਸੀਂ ਉਹ ਜ਼ਰੂਰ ਆਡੀਅੰਸ ਤੱਕ ਪਹੁੰਚਦੇ ਕਰੋ ਤਾਂ ਕਿ ਉਹ ਸਮਝ ਸਕਣ ਵੀ ਇਹਨੇ ਕਿੰਨਾ ਕੁ ਬੈਨੀਫਿਟ ਕੀਤਾ। ਮੇਰੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਨ੍ਹਾਂ ਨੇ ਆਪ ਨਹੀਂ ਇਹਨੂੰ ਵਰਤਿਆ ਪਰ ਆਪਦੇ ਮਦਰ ਫਾਦਰ ਲਈ ਲੈ ਕੇ ਜਾਂਦੇ ਆ। ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਆ ਜਿਹੜੇ ਇਹ ਨਹੀਂ ਕਹਿੰਦੇ ਵੀ ਇੱਕ ਬੋਤਲ ਦੇ ਦਿਉ, ਉਹ ਕਹਿੰਦੇ ਲੀਟਰਾਂ ਦੇ ਹਿਸਾਬ ਨਾਲ ਪੈਕ ਕਰਾ ਦਿਉ ਜੀ। ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਦਹੀਂ ਅਤੇ ਸ਼ੱਕਰ ਔਰ ਗੁੜ ਵਾਲਾ ਜਿਹੜਾ ਨੁਸਖਾ ਹੈਗਾ ਉਹ ਯੋਧਾ ਜੀ ਨੇ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਲੀਵਰ ਦੀ ਪ੍ਰੋਬਲਮ ਹੈਗੀ ਹੈ, ਲੀਵਰ ਕਰਕੇ ਗ੍ਰਸਤ ਵਾਲੇ ਪਾਸੇ ਕਮਜ਼ੋਰੀ, ਸਾਰਾ ਦਿਨ ਸੁਸਤੀ ਚੜ੍ਹੀ ਰਹਿੰਦੀ ਹੈ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ, ਤਾਂ ਉਹਨਾਂ ਨੂੰ ਸਵੇਰੇ ਸਵੇਰੇ ਇੱਕ ਕਟੋਰੀ ਜਿਹੜੀ ਸ਼ੱਕਰ ਦੀ ਹੈਗੀ ਹੈ, ਜਿਹੜੀ ਦਹੀਂ ਦੇ ਵਿੱਚ ਦਹੀਂ ਦੀ ਇੱਕ ਕਟੋਰੀ ਸ਼ੱਕਰ ਰਲਾ ਕੇ ਜਿਹੜੀ ਖਾ ਲੈਣੀ ਚਾਹੀਦੀ। ਜੇ ਤੁਹਾਡੇ ਕੋਲ ਵਕਫ ਟਾਈਮ ਹੈਗਾ ਤਾਂ ਤੁਸੀਂ ਗੁੜ ਵੀ ਇਹਦੇ 'ਚ ਪਾ ਸਕਦੇ ਹੋ, ਛੋਟੇ ਛੋਟੇ ਟੁਕੜੀਆਂ ਕਰਕੇ ਗੁੜ ਦੀਆਂ, ਗੁੜ ਵੀ ਨਾਲ ਰੱਖਿਆ ਤਾਂ ਇਹਦਾ ਜਿਹੜਾ ਬੈਨੀਫਿਟ ਹੈਗਾ ਉਹ ਕੰਪੈਰੇਟਿਵਲੀ ਜ਼ਿਆਦਾ ਆਏਗਾ। ਅੱਛਾ ਵੈਜੀ, ਯੋਧਾ ਜੀ ਵੈਜੀ ਨੂੰ ਮਿਲਣਾ ਹੋਵੇ, ਜਗਦੀਪ ਜੀ ਨੂੰ ਮਿਲਣਾ ਹੋਵੇ, ਮਿਲਣ ਦਾ ਕੀ ਢੰਗ ਹੈਗਾ? ਸਰ ਸੋਮਵਾਰ ਵੀਰਵਾਰ ਲੁਧਿਆਣੇ ਮਿਲਦੇ ਨੇ, ਫਰਾਈਡੇ ਨੂੰ ਮੋਹਾਲੀ ਮਿਲਦੇ ਨੇ, ਵੈਡਨਸਡੇ ਨੂੰ ਅੰਮ੍ਰਿਤਸਰ ਮਿਲਦੇ ਨੇ ਅਤੇ ਸ਼ਨੀਵਾਰ ਨੂੰ ਬਰਨਾਲੇ, ਸੰਡੇ ਨੂੰ ਉਹ ਮਿਲਦੇ ਨੇ ਬਠਿੰਡੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ। ਸੋ ਇਹ ਸਨ ਯੋਧਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਦਹੀਂ ਅਤੇ ਸ਼ੱਕਰ ਨਾਲ ਆਪਣੇ ਲੀਵਰ ਨੂੰ ਡੀਟੋਕਸ ਕਰ ਸਕਦੇ ਹਾਂ, ਬੇਸਿਕਸ ਜਿਹੜੀਆਂ ਪ੍ਰੋਬਲਮ ਹੈਗੀਆਂ ਨੇ, ਜਿਹੜਾ ਵੈਦਾ ਹਕੀਮਾਂ ਤੋਂ ਆਪਣਾ ਖਹਿੜਾ ਹੈਗਾ ਜਿਹੜਾ ਉਹ ਇਸ ਦਹੀਂ ਅਤੇ ਸ਼ੱਕਰ ਜ਼ਰੀਏ ਅਸੀਂ ਛੁਡਾ ਸਕਦੇ ਹਾਂ ਫਿਲਹਾਲ। ਜੀ ਜੀ ਇੱਕ ਗੱਲ ਮੈਂ ਹੋਰ ਤੁਹਾਡੀ ਗੱਲ ਵਿੱਚ, ਮੈਂ ਇਹ ਉਹ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਇਸ ਵੀਡੀਓ ਨੂੰ ਇਸ ਹੱਦ ਤੱਕ ਦੇਖ ਰਹੇ ਨੇ ਉਹਨਾਂ ਲੋਕਾਂ ਵਾਸਤੇ ਸਪੈਸ਼ਲ ਇੱਕ ਪੁਆਇੰਟ ਆ, ਤੁਸੀਂ ਇਸ ਫਾਰਮੂਲੇ ਨੂੰ 15 ਦਿਨ ਤੱਕ ਵਰਤੋ, ਤੁਹਾਨੂੰ 15 ਦਿਨ ਦੇ ਅੰਦਰ ਆਰਾਮ ਆਏਗਾ। ਤੁਸੀਂ 15 ਦਿਨ ਤੱਕ ਵਰਤੋ, ਤੁਹਾਨੂੰ 15 ਦਿਨ ਦੇ ਅੰਦਰ ਕੀ ਆਰਾਮ ਆਉਂਦਾ ਤੁਸੀਂ ਕਮੈਂਟ ਕਰਿਓ, ਅਗਰ ਤੁਹਾਨੂੰ ਆਰਾਮ ਨਹੀਂ ਆਉਂਦਾ ਤਾਂ ਸਾਨੂੰ ਜ਼ਰੂਰ ਆ ਕੇ ਦੱਸਿਓ ਵੀ ਸਾਨੂੰ ਆਰਾਮ ਨਹੀਂ ਆਇਆ, ਪਰ ਆਪਦੀਆਂ ਰਿਪੋਰਟਸ ਜ਼ਰੂਰ ਨਾਲ ਲੈ ਕੇ ਆਇਓ। ਕਿਹੜੇ ਕਿਹੜੇ ਰਿਪੋਰਟਸ ਚਾਹੀਦੇ ਹੁੰਦੇ ਨੇ ਜੀ ਅਗਰ ਗ੍ਰਸਤੀ ਵਾਲੇ ਪਾਸੇ ਹੋ, ਕਮਜ਼ੋਰੀ ਵਾਲੇ ਪਾਸੇ ਹੋ, ਅਸੀਂ ਚੱਲ ਕੇ ਮੰਨ ਕੇ ਚੱਲੀਏ? ਸਭ ਤੋਂ ਜ਼ਰੂਰੀ, ਲੋਕ ਇਹ ਗੱਲ ਕਰਦੇ ਹੁੰਦੇ ਵੀ ਗ੍ਰਸਤੀ ਵਾਸਤੇ ਇੱਕ ਸਪਰਮ ਦੀ ਰਿਪੋਰਟ ਜ਼ਰੂਰੀ ਆ, ਮੇਰੇ ਅਕੋਰਡਿੰਗ ਸਭ ਤੋਂ ਜ਼ਰੂਰੀ ਲੀਵਰ ਦੀ ਰਿਪੋਰਟ ਆ, ਇੱਕ ਲੀਵਰ ਦੀ, ਇੱਕ ਕੋਲੈਸਟਰੋਲ ਦੀ ਰਿਪੋਰਟ, LFT ਲਿਪਿਡ ਪ੍ਰੋਫਾਈਲ, ਇਹ ਦੋ ਬਹੁਤ ਖਾਸ ਰਿਪੋਰਟਾਂ ਨੇ, ਕਿਉਂਕਿ ਜੇ ਇਹ ਨਹੀਂ ਠੀਕ ਤੁਹਾਡਾ ਗ੍ਰਸਤੀ ਜੀਵਨ ਡਾਊਨ ਹੀ ਆ। ਦੂਸਰੀ ਰਿਪੋਰਟ ਜਿਹੜੀ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦੀ ਆ ਉਹ ਹੈਗੀ ਆ ਫ੍ਰੀ ਟੈਸਟੋਸਟਰੋਨ ਅਤੇ ਓਵਰਆਲ ਟੈਸਟੋਸਟਰੋਨ ਦੀ, ਅਤੇ ਇੱਕ ਆਪਾਂ ਨੂੰ ਚਾਹੀਦੀ ਹੈ ਸਿਮਨ ਐਨਾਲਿਸਿਸ ਦੀ, ਔਰ 5 ਦਿਨ ਦਾ ਗੈਪ ਪਾ ਕੇ ਤੁਸੀਂ ਸਿਮਨ ਐਨਾਲਿਸਿਸ ਕਰਾਉਣਾ ਵਾ। ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਨਹੀਂ ਪਤਾ ਹੁੰਦਾ, ਹਰ ਬੰਦਾ ਇੱਥੇ ਨਵਾਂ, ਹਰ ਬੰਦਾ ਪੇਟ ਤੋਂ ਕੋਈ ਇੱਥੇ ਨਹੀਂ ਸਿੱਖ ਕੇ ਆਉਂਦਾ, ਤਾਂ ਉਹਨਾਂ ਲੋਕਾਂ ਵਾਸਤੇ ਜਾਣਕਾਰੀ ਆ ਵੀ ਤੁਸੀਂ ਅੱਜ ਡਿਸਚਾਰਜ ਕਰ ਲਿਆ, ਅੱਜ ਤੋਂ 5ਵੇਂ ਦਿਨ ਲੈਬ ਦੇ ਵਿੱਚ ਡਿਸਚਾਰਜ ਕਰਕੇ ਉਹਦਾ ਟੈਸਟ ਕਰਾਉਣਾ, ਉਹਦਾ ਸੈਂਪਲ ਲੈ ਕੇ ਉਹਦਾ ਉੱਥੇ ਟੈਸਟ ਹੋਏਗਾ, ਔਰ ਵਿਦ ਇਨ 1 ਆਰ ਤੁਹਾਨੂੰ ਰਿਪੋਰਟ ਦੇਣਗੇ। ਸੋ ਉਹ ਤੁਸੀਂ ਬਿਲਕੁਲ ਔਨ ਟਾਈਮ ਕਰਾਓ, ਕਿਉਂਕਿ ਕਈ ਵਾਰੀ ਜਦੋਂ ਅਸੀਂ ਉਹਨੂੰ ਲੇਟ ਕਰਾਉਂਦੇ ਹਾਂ ਨਾ
ਤਾਂ ਸਾਡੇ ਡੈਡ ਸੈੱਲ ਵਧਣ ਲੱਗ ਜਾਂਦੇ, ਐਕਟਿਵ ਮੋਟੈਲਿਟੀ ਘਟਣ ਲੱਗ ਜਾਂਦੀ ਹੈ। ਸੋ ਪ੍ਰੋਪਰ ਰਿਪੋਰਟ ਆਉਣ ਵਾਸਤੇ ਆਪਾਂ ਨੂੰ 5 ਦਿਨ ਦਾ ਟਾਈਮ ਚਾਹੀਦਾ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਨੰਬਰ ਦਿੱਤਾ ਵੈਦ ਜਗਦੀਪ ਜੀ ਉਹਨਾਂ ਦਾ, ਜੇ ਡੀ ਆਯੁਰਵੈਦਾ ਦਾ, ਅਤੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਕੰਸਲਟ ਵੀ ਕਰ ਸਕਦੇ ਹੋ। ਪਰ ਮੇਰਾ ਮਸ਼ਵਰਾ, ਮੇਰੀ ਸਲਾਹ, ਮੇਰੀ ਚੇਤਾਵਨੀ ਤੁਹਾਨੂੰ ਇਹੀ ਹੈ, ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਕਦੇ ਵੀ ਆਪਣੀ ਮਰਜ਼ੀ ਨਾਲ ਨਾ ਅਪਣਾਓ। ਚੰਗੇ ਵੈਦ ਹਕੀਮ ਡਾਕਟਰ ਦੀ ਅੰਡਰ ਕੇਅਰ ਦੇ ਵਿੱਚ ਹੀ ਉਸ ਨੂੰ ਸਰ ਅੰਜਾਮ ਦਿੱਤਾ ਜਾਵੇ। ਧੰਨਵਾਦ।